ਰੈਡੀ ਆ ਵੀ ਪੈਸੇ ਚਾਹੀਦੇ ਪਾਰਟੀ ਕਰਨੀ ਆ ਕਾਹਦੇ ਪੈਸੇ ਹੁਣ ਮੈਂ ਪਾਰਟੀ ਕਰਨੀ ਮੈਨੂੰ ਪੈਸੇ ਦੇ ਯਾਰ ਤੈਨੂੰ ਪਤਾ ਕੰਮ ਕਾਰ ਅੱਗੇ ਨੀ ਹੈਗਾ ਕਾਹਦੀ ਪਾਰਟੀ ਜਿਹੜੇ ਕੱਲ ਰੱਖੇ ਪੇਟੀ ਪੈਸੇ ਮੈਨੂੰ ਪੈਸੇ ਦੇ ਮੈਨੂੰ ਨੀ ਪਤਾ ਮੈਂ ਜਾਣਾ ਯਾਰ ਮੈਨੂੰ ਪੈਸੇ ਦੇ ਤੂੰ ਉਹ ਆਪਰੇਸ਼ਨ ਵਾਸਤੇ ਤੇਰੀ ਮੰਮੀ ਮੈਂ ਨੀ ਜਾਣਦਾ ਆਪਰੇਸ਼ਨ ਮੈਨੂੰ ਪੈਸੇ ਦੇ ਪੈਸੇ ਨਹੀਂ ਦੇ ਸਕਦਾ ਪੈਸੇ ਦੇ ਉਹ ਨਹੀਂ ਦੇ ਸਕਦਾ ਪੈਸੇ ਉਹ ਮੈਂ ਆਪਰੇਸ਼ਨ ਵਾਸਤੇ ਰੱਖੇ ਤੇਰੀ ਮੰਮੀ ਦੇ ਮੈਂ ਠੇਕਾ ਲਿਆ ਮੰਮੀ ਦਾ ਓਏ ਹੋਏ ਇੰਨੇ ਮੁਸ਼ਕਲ ਪੈਸੇ ਜੋੜੇ ਸੀਗੇ ਪੈਸੇ ਲੈ ਗਿਆ ਸਾਰੇ ਆਪਰੇਸ਼ਨ ਹੁਣ ਕਿੱਦਾਂ ਹੋਊਗਾ ਐਡੀ ਨਿਕੰਮੀ ਔਲਾਦ ਆ ਜਾਓ ਪਾਰਟੀ ਕਰੀ ਅਜੇ ਫਿਰ ਕਿਹੜੀ ਪੀਣੀ ਆ ਦੱਸ ਵੀਰ ਅਗਲੀ ਸ਼ਰਾਬ ਬੇਕਾਰ ਸ਼ਰਾਬ ਹੈ ਇਹ ਦੂਜੇ ਸਾਡਾ ਛੋਟੂ ਪੀਂਦਾ ਸ਼ਰਾਬ ਅਸੀਂ ਨਹੀਂ ਪੀਣੀ ਆ ਕੋਈ ਯਾਰ ਖਾਣ ਪੀਣ ਦਾ ਸਮਾਨ ਆ ਯਾਰ ਤੇ ਅਸੀਂ ਪਾਰਟੀ ਗਏ ਯਾਰ ਪਾਰਟੀ ਯਾਰ ਕੋਈ ਐਡੀਆਂ ਗੱਲਾਂ ਮਾ ਤਾਂ ਪੱਲੇ ਕੋ ਹੈ ਨਹੀਂ ਕਿਆ ਯਾਰ ਜਮਾਂ ਹੀ ਬੇਇੱਜ਼ਤੀ ਕਰਕੇ ਰੱਖੀ ਯਾਰ ਜਮਾਂ ਹੀ ਬੇਇੱਜ਼ਤੀ ਇਹ ਕੈਸੀ ਪਾਰਟੀ ਸੀ ਯਾਰ ਕੋਈ ਆਵੇ ਮਤਲਬ ਕੋਈ ਖਾਂਦਾ ਬੰਦਾ ਇਹ ਜੇ ਨਾ ਤੇਰੀ ਛੋਟੂ ਨੂੰ ਵੀ ਦੰਦਾਂ ਦੇ ਰਹੀ ਤੂੰ ਕਰਦਾ ਕੰਮ ਬੇਇੱਜ਼ਤੀ ਕਰਕੇ ਰੱਖਦੀ ਸਾਡੀ ਯਾਰ ਕੀ ਹੋਇਆ ਬਾਈ ਬੜਾ ਮਯੂਸ ਲੱਗ ਰਿਹਾ ਉਹ ਸਾਰਾ ਕੁਛ ਕੀਤਾ ਫਿਰ ਕਹਿੰਦੇ ਆ ਪਾਰਟੀ ਆ ਕੋਈ ਦੱਸ ਕੀ ਕੀਤਾ ਕੀ ਹੋਇਆ ਬਾਈ ਘਰੋਂ ਵੀ ਲੜਿਆ ਮੰਮੀ ਬਿਮਾਰ ਸੀ ਕਿ ਮੈਂ ਪੈਸੇ ਲਿਆ ਖਿੱਚ ਕੇ ਇਹਨਾਂ ਪਿੱਛੇ ਇਹ ਹੁਣ ਕਹਿੰਦੇ ਆ ਪਾਰਟੀ ਆ ਖਾਣਾ ਪੀਣਾ ਇਹ ਕੀ ਗੱਲ ਹੋ ਗਈ ਜਨਮ ਦਿਨ ਸੀ ਤੇਰਾ ਹਾਂ ਜਨਮ ਦਿਨ ਸੀ ਅੱਛਾ ਤੂੰ ਯਾਰਾਂ ਨੂੰ ਪਾਰਟੀ ਦੇਣ ਲਈ ਘਰ ਦੇ ਮੰਮੀ ਦੇ ਆਪਰੇਸ਼ਨ ਦੇ ਪੈਸੇ ਚੱਕ ਲਿਆ ਹੋਰ ਕੀ ਤੇ ਯਾਰ ਵੀ ਗਾਲਾਂ ਕੱਢ ਗਏ ਹੋਰ ਜੇ ਉਹੀ 20,000 ਰੁਪਇਆ ਜਿਹੜਾ ਤੂੰ ਜਿਨ੍ਹਾਂ 'ਤੇ ਫੂਕਿਆ ਨਾਲ 4 ਗਾਲਾਂ ਵੀ ਖਾਧੀਆਂ ਅਜੇ ਤੈਨੂੰ ਦਿਖਾਵਾਂ ਜੇ ਤੂੰ 20,000 ਰੁਪਇਆ ਲਾਇਆ ਹੁੰਦਾ ਨਾ ਸਾਡਾ ਨਾ ਇੱਕ ਭਰਾ ਹੈਗਾ ਅਵਿਨਾਸ਼ ਢੀਂਗਰਾ ਸਾਡਾ ਟੀਮ ਮੈਂਬਰ ਹੈ ਉਹ ਆਹ ਭੈਣਾਂ ਨੇ ਕਿੱਥੇ ਭੈਣਾਂ ਤਿੰਨਾਂ ਆ ਜਾਓ ਇੱਧਰ ਆਹ ਤਿੰਨ ਭੈਣਾਂ ਨੇ ਸਾਡੀਆਂ ਗੀਤਾ ਬਬੀਤਾ ਅਤੇ ਆਹ ਦੇਖ ਅੱਜ ਸਾਡਾ ਇੱਕ ਅਵਿਨਾਸ਼ ਭਰਾ ਢੀਂਗਰਾ ਅਤੇ ਉਹ ਇਹ ਜਿਹੜੇ ਅਸਲ ਆ ਅਵਾਰਡ ਪਏ ਆ ਨਾ ਇਹ ਹੱਕਦਾਰ ਉਹ ਹੈ ਇੱਕ ਸਾਡਾ ਅਵਿਨਾਸ਼ ਭਰਾ ਹੈਗਾ ਢੀਂਗਰਾ ਇਹ ਹੱਕ ਉਹ ਬਣਦਾ ਇਹ ਸਾਡਾ ਅਵਿਨਾਸ਼ ਭਰਾ ਹੈ ਜੀ ਇਹ ਮੈਡਲਾਂ ਦਾ ਹੱਕਦਾਰ ਅੱਜ ਢੀਂਗਰਾ ਭਰਾ ਸਾਡਾ ਆਪਣੇ ਵੀਰ ਵਾਸਤੇ ਤਾੜੀਆਂ ਮਾਰ ਦਿਓ ਸਿੰਗਰੇ ਕਦੀ ਜ਼ਿੰਦਗੀ 'ਚ ਮਿਲੇ ਅਵਾਰਡ ਇਹਨੇ ਨਾ ਕਦੀ ਵੀ ਸੌਂ ਨਹੀਂ ਇਹਨੂੰ ਮੈਨੂੰ ਵੀ ਨਹੀਂ ਮਿਲੇ ਕਦੀ ਉਹ ਨਾ ਭਾਅ ਜੀ ਨਾ ਇਹ ਜਿਹੜੇ ਅਵਾਰਡ ਤੁਸੀਂ ਗਲ 'ਚ ਪਏ ਦੇਖ ਰਹੇ ਹੋ ਨਾ ਅੱਜ ਵੀਡੀਓ 'ਚ ਇਹ ਅਸਲ ਦੇ ਵਿੱਚ ਢੀਂਗਰਾ ਇਹਦਾ ਹੱਕਦਾਰ ਹੈ ਮੈਂ ਤਾਂ ਇੱਕ ਕਾਰਨ ਦੱਸਦਾ ਅੱਜ ਤੋਂ ਤਕਰੀਬਨ ਪੈਸੇ ਪਾ ਲਓ ਜੇਬ 'ਚ ਹੁਣ ਐਕਟ ਖਤਮ ਹੋ ਗਿਆ ਜਿਹਦੇ ਉਹਨੂੰ ਮੋੜਨਾ ਜਿਹਦੇ ਸੀਗੇ ਉਹਨੂੰ ਮੋੜੋ ਪੈਸੇ ਕਿਹਦੇ ਸੀਗੇ ਅਸਲ ਦੇ ਵਿੱਚ ਅੱਜ ਤੋਂ ਆ ਜਿਹੜਾ ਤੁਸੀਂ ਹੁਣ ਐਕਟ ਦੇਖਿਆ ਨਾ ਇਹ ਸੱਚ ਹੈ ਲੋਕ ਇਹਦੇ 'ਚ ਇੱਕ ਹੋਰ ਗੱਲ ਵੀ ਐਡ ਹੁੰਦੀ ਹੈ ਜਦੋਂ ਇੱਕ ਧੀ ਦਾ ਘਰੇ ਵਿਆਹ ਹੁੰਦਾ ਨਾ ਤਾਂ ਉਦੋਂ ਵੀ 2-4 ਕਰੋੜ ਰੁਪਇਆ ਔਲਾਦ 'ਤੇ ਲਾ ਦਿੱਤਾ ਹੀ ਜਾਂਦਾ ਬਾਪ ਵੱਲੋਂ ਪਰ ਉਹਦਾ ਵਰਥ ਨਿਕਲਦਾ ਲੋਕ ਕਹਿੰਦੇ ਨੇ ਦਾਲ ਨਹੀਂ ਸਵਾਦ ਸੀ ਉੱਥੇ ਰਸ਼ ਬੜਾ ਸੀ ਲੋਕ ਭੁੱਲ ਜਾਂਦੇ ਨੇ ਉਵੇਂ ਬਰਥਡੇ ਪਾਰਟੀਆਂ ਕਿਉਂਕਿ ਆ ਜਿਨ੍ਹਾਂ ਜਿਨ੍ਹਾਂ ਨੂੰ ਇੰਨੇ ਆ ਪਾਰਟੀ ਦਿੱਤੀ ਜਾਂ ਜਿਨ੍ਹਾਂ ਮੋਰੇ ਇੰਨੇ ਦਾਰੂ ਦੀ ਬੋਤਲ ਖੋਲ੍ਹੀ ਐਕਟ ਸੀਗਾ ਚਲੋ ਅਸਲੀ ਨਹੀਂ ਸੀਗਾ ਉਹ ਆਪ ਵੀ ਉਹ ਚੀਜ਼ਾਂ ਕਰ ਸਕਦੇ ਸੀ ਤਾਂ ਉਹਨਾਂ ਦੇ ਵਿੱਚ ਹੰਕਾਰ ਸੀਗਾ ਕਿ ਹਾਂ ਵੀ ਆ ਕੋਈ ਫੁੱਦੂ ਜੀ ਪਾਰਟੀ ਹੈ ਆ ਕੋਈ ਪਾਰਟੀ ਹੈ ਪਰ ਢੀਂਗਰੇ ਨੇ ਅੱਜ ਤੋਂ ਠੀਕ 3 ਮਹੀਨੇ ਪਹਿਲਾਂ ਜਿਹੜੀਆਂ 3 ਭੈਣਾਂ ਸਾਡੇ ਕੋਲ ਆਈਆਂ ਸੀਗੀਆਂ ਕਦੋਂ ਆਈਆਂ ਸੀ ਤੁਸੀਂ ਕੀ ਡੇਟ ਸੀ 2 ਮਾਰਚ ਨੂੰ ਇਹ ਦੋਨੋਂ ਭੈਣਾਂ ਕੀ ਸ਼ੁਭ ਨਾਮ ਤੁਹਾਡਾ ਇਸ਼ਮੀਤ ਇਹਨਾਂ ਨੇ ਕਹਿਣਾ ਹਜੇ ਤੱਕ ਭਰਾ ਨੂੰ ਸਾਡਾ ਨਾਮ ਹੀ ਨਹੀਂ ਯਾਦ ਹੋਇਆ ਇਸ਼ਮੀਤ ਤੇ ਦੀਪਾ 2 ਮਾਰਚ ਨੂੰ ਸਾਡੇ ਕੋਲ ਆਈਆਂ ਸੀ ਕਿ ਵੀਰੇ ਤੁਹਾਡੀ ਐਨ ਜੀ ਓ ਡਾਈਟ ਦੀ ਵੀ ਹੈਲਪ ਕਰਦੀ ਹੈ ਉਸ ਤੋਂ ਪਹਿਲਾਂ ਭੈਣੇ ਕਿੰਨੇ ਮੈਡਲ ਲਿਆਉਂਦੇ ਹੋ ਤੁਸੀਂ ਤੁਹਾਡੇ ਦੋ ਆਏ ਸੀ ਤੁਹਾਡੇ 3 ਜਦੋਂ ਇਹਨਾਂ ਨੇ ਆਹ ਕੰਮ ਸਟਾਰਟ ਕੀਤਾ ਸੀਗਾ ਸਾਡੇ ਕੋਲ ਆਉਣ ਤੋਂ ਪਹਿਲਾਂ ਇਹਨਾਂ ਨੇ ਦੋ ਮੈਡਲ ਲਿੱਤੇ ਹੋਏ ਸੀ ਦੋਨਾਂ ਨੇ ਅਤੇ ਜਦੋਂ ਸਾਡੇ ਕੋਲ ਆਏ ਸਾਨੂੰ ਕਹਿੰਦੇ ਵੀਰੇ ਕਿ ਸਾਨੂੰ ਡਾਈਟ ਦੀ ਹੈਲਪ ਹੋ ਸਕਦੀ ਹੈ ਅਤੇ ਸਾਡੇ ਕੋਲ ਪਹਿਲਾ ਕੇਸ ਆਇਆ ਸੀਗਾ ਉਸ ਦਰਮਿਆਨ ਨਾ ਸਾਡੇ ਕੋਲ ਕੁੜੀਆਂ ਦੇ ਨਸ਼ਿਆਂ ਦੇ ਕੇਸ ਬਹੁਤ ਚੱਲ ਰਹੇ ਸੀ ਕਿ ਪੰਜਾਬ 'ਚ ਕਿੱਦਾਂ ਨਸ਼ਿਆਂ ਦੇ ਵਿੱਚ ਸ਼ਿਕਾਰ ਹੋ ਰਹੀਆਂ ਕੁੜੀਆਂ ਤਾਂ ਮੈਂ ਸੋਚ ਰਿਹਾ ਸੀਗਾ ਕਿ ਜਿਹੜੀਆਂ ਕੁੜੀਆਂ ਆਲਰੇਡੀ ਚਿੱਟੇ ਦਾ ਸ਼ਿਕਾਰ ਹੋ ਚੁੱਕੀਆਂ
ਉਹਨਾਂ ਨੂੰ ਤਾਂ ਅਸੀਂ ਕੋਸ਼ਿਸ਼ ਕਰ ਰਹੇ ਸੀ ਕੱਢਣ ਦੇ ਵਿੱਚ, ਪਰ ਯੂਥ ਜਿਹੜੀ ਆ ਨਸ਼ਿਆਂ ਦੇ ਵਿੱਚ ਜਾਵੇ ਨਾ, ਇਹਦੇ ਲਈ ਅਸੀਂ ਕੀ ਕਰ ਰਹੇ ਹਾਂ? ਅਤੇ ਸਾਨੂੰ ਇਹ ਭੈਣਾਂ ਨੇ ਮੌਕਾ ਦਿੱਤਾ ਅਤੇ ਅਸੀਂ ਭੈਣਾਂ ਨੂੰ ਕਿਹਾ ਕਿ ਹਾਂ ਹਾਂਜੀ ਭੈਣੇ ਤੁਹਾਡੀ ਡਾਇਟ ਦਾ ਖਰਚਾ ਅਸੀਂ ਜ਼ਰੂਰ ਕਰਾਂਗੇ। ਅਸੀਂ ਡੋਨਰਸ ਨੂੰ ਕਿਹਾ ਅਤੇ ਡੋਨਰਸ ਨੇ ਇਹਨਾਂ ਨੂੰ ਡਾਇਟ ਦਾ ਖਰਚਾ ਜਿਹੜਾ ਜਾਂ ਡਾਇਟ ਪ੍ਰੋਵਾਈਡ ਕਰਾਉਣੀ ਸ਼ੁਰੂ ਕਰਤੀ। ਉਸ ਤੋਂ ਬਾਅਦ ਇਹ ਭੈਣਾਂ ਰੋਜ਼ ਕਹਿੰਦੀਆਂ ਸੀ ਵੀਰੇ ਫਰੂਟ ਖਾਣਾ ਆਉਂਦਾ ਡਾਇਟ ਲਈ, ਤਾਂ ਫਰੂਟ ਦੀ ਸੇਵਾ ਚੱਕ ਲਈ ਟਿੰਗਰੇ ਨੇ। ਔਰ ਟਿੰਗਰੇ ਦਾ ਮੈਨੂੰ ਰਾਤੀ ਮੈਸੇਜ ਆਉਂਦਾ 2 ਵਜੇ ਕਿ ਭਾਅ ਜੀ ਥੈਂਕ ਯੂ। ਮੈਂ ਕਿਹਾ ਕੀ ਹੋਇਆ? ਕਹਿੰਦਾ ਸਾਡੀਆਂ ਭੈਣਾਂ ਨਹੀਂ ਸੀਗੀਆਂ ਇਹਦੀ, ਕਹਿੰਦਾ ਮੇਰੀ ਭੈਣ ਹੈ ਨਹੀਂ ਅਤੇ ਤੁਸੀਂ ਮੈਨੂੰ ਭੈਣਾਂ ਮਿਲਵਾਤੀਆਂ ਅਤੇ ਰੋਜ਼ ਸ਼ਾਮ ਨੂੰ ਇਹਨਾਂ ਦੀ ਸੇਵਾ ਕਰਕੇ ਮੈਨੂੰ ਬੜਾ ਮਜ਼ਾ ਆਉਂਦਾ। ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਤੁਸੀਂ ਰੋਜ਼ ਦੀ ਜਿਹੜੀ ਡਾਇਟ ਹੈ ਉਹ ਜਿਹੜੀ ਉਹ ਸ਼ੁਰੂ ਕਰਾਤੀ ਹੈ ਅਤੇ ਰੋਜ਼ ਸਵੇਰੇ ਟਿੰਗਰਾ ਭਰਾ ਜਿਹੜੀ ਡਾਇਟ ਲੈ ਕੇ ਦਿੰਦਾ ਹੈ ਭੈਣਾਂ ਨੂੰ, ਕਿਵੇਂ ਲੱਗ ਰਿਹਾ ਫਿਰ? ਬਹੁਤ ਵਧੀਆ। ਆ ਬੰਦ ਕਰਾਇਓ ਮਾੜਾ, ਕਿਵੇਂ ਕਿੰਨੀ ਦੇਰ ਤੋਂ ਲੈ ਕੇ ਦੇ ਰਹੇ ਹੋ ਡਾਇਟ ਇਹਨਾਂ ਨੂੰ? ਦੋ ਕੁ ਮਹੀਨੇ ਹੋ ਗਏ। ਅੱਛਾ, ਆ ਜ਼ਿੰਦਗੀ 'ਚ ਮੈਡਲ ਜਿੰਨੇ ਗਲ 'ਚ ਪਾਈ ਫਿਰਦਾ ਹੈ, ਇਹ ਕਦੀ ਆਏ ਨੇ ਆਪਣੇ ਆਪ ਲਿਆਉਂਦੇ ਕਦੀ? ਮੈਨੂੰ ਮਿਲਿਆ ਸੀ ਮੈਡਲ ਇੱਕ ਵਾਰੀ, ਮੈਂ ਨਾ ਖੱਪੀ ਬੋਈ ਸਕੂਲੇ, ਮੈਨੂੰ ਮਿਲਿਆ ਉੱਥੇ ਲਿਖਿਆ ਗਿਆ ਬਿਗੜੀ ਮਸ਼ੀਨ। ਅੱਛਾ, ਉਹ ਮੈਡਲ ਮਿਲਿਆ ਸੀ ਟਿੰਗਰੇ ਨੂੰ। ਇੱਕ ਤਾਂ ਆਹ ਵੇਖ, ਜੇ ਤੂੰ ਆਪਣਾ ਉਹ 20,000 ਰੁਪਇਆ ਜੇ ਇਹਨਾਂ ਭੈਣਾਂ 'ਤੇ ਲਾਇਆ ਹੁੰਦਾ, ਹੁਣ ਆਪਾਂ ਦੂਜੇ ਟਿੰਗਰੇ ਦੀ ਗੱਲ ਕਰ ਰਹੀ ਜਿਹੜਾ ਉੱਥੇ ਸੀਗਾ। ਚਲੋ ਇਹ ਟਿੰਗਰਾ ਤਾਂ ਮਸਲ ਦਿਖਾ ਤਾ, ਰੀਅਲ ਲਾਈਫ ਹੀਰੋ, ਪਰ ਜੇ ਉਹ ਟਿੰਗਰਾ ਕਹਿ ਲਓ ਕਿ ਆਹ ਕੰਮ ਕਰ ਦਿੰਦਾ, ਬਹੁਤ ਯੰਗਸਟਰ ਨੇ ਜਿਹੜੇ ਹਜੇ ਵੀ ਉਹ ਕੰਮ ਕਰਦੇ ਨੇ ਤੇਰੇ ਸਰਕਲ 'ਚ ਵੀ ਹੋਣਗੇ, ਮੇਰੇ ਸਰਕਲ 'ਚ ਵੀ ਹੈਗੇ, ਵੀਡੀਓ ਵੀ ਦੇਖ ਰਹੇ ਹੋਣਗੇ। ਔਰ ਇਹ ਵੀਡੀਓ 'ਚ ਦਿਖਾਉਣ ਦਾ ਮਕਸਦ ਸੀਗਾ ਕਿ ਲੋਕ ਬਦਲਦੇ ਨੇ, ਔਰ ਬਹੁਤ ਦੁਨੀਆ ਬਦਲੀ ਵੀ ਹੈ, ਲੋਕ ਇੱਥੇ ਕੇਕ ਕੱਟਣ ਆਉਣ ਲਈ ਤਿਆਰ ਹੋ ਚੁੱਕੇ ਨੇ, ਬਹੁਤ ਆਉਂਦੇ ਨੇ, ਔਰ ਅੱਜ ਸਾਡੇ ਨਾਲ ਆਏ ਵੀ ਹੋਏ ਨੇ ਕੇਕ ਕੱਟਣ, ਮੈਂ ਉਹ ਵੀ ਸਰਪ੍ਰਾਈਜ਼ ਦਿਖਾਉਣਾ। ਅਤੇ ਆਹ ਜਿਹੜੀ ਸਟੋਰੀ ਸੀਗੀ ਭੈਣਾਂ ਬਹੁਤ ਖੁਸ਼ ਨੇ, ਕਿੱਦਾਂ ਫਿਰ ਖੁਸ਼ੀ ਅਵਾਰਡ ਦੀ? ਇਹਨਾਂ ਨੇ ਨਾ ਇੱਕ ਹਫ਼ਤਾ ਪਹਿਲਾਂ ਮੈਨੂੰ ਕਿਹਾ ਕਿ ਵੀਰੇ ਸਾਡਾ ਕੰਪੀਟੀਸ਼ਨ ਆ ਰਿਹਾ ਅਤੇ 1,000 ਰੁਪਏ ਐਂਟਰੀ ਫੀਸ ਹੈ। ਮੈਂ ਕਿਹਾ ਦੇਖ 1,000 ਰੁਪਏ ਤਾਂ ਮੈਂ ਕਿਸੇ ਡੋਨਰ ਨੂੰ ਕਹਿ ਕੇ ਭਿਜਵਾ ਦੂੰਗਾ, ਪਰ ਉਹਦਾ ਮੁੱਲ ਮੁੜਨਾ ਚਾਹੀਦਾ। ਕਹਿੰਦੀ ਅਸੀਂ ਪੱਕਾ ਵੀਰੇ ਮੈਡਲ ਲੈ ਕੇ ਆਵਾਂਗੇ, ਅਤੇ 2-2 ਮੈਡਲ ਲੈ ਕੇ ਆਈਆਂ ਦੋਨੋਂ। ਅਤੇ ਆਹ ਜਿਹੜੀ ਸਾਡੀ ਵਿੱਚ ਵਾਲੀ ਭੈਣ ਹੈ, ਇਹ ਸਟਰੋਂਗ ਵੂਮੈਨ ਕਹਿ ਲਓ ਕਿ ਲੁਧਿਆਣੇ ਦੀ, ਤੁਸੀਂ ਦੇਖ ਸਕਦੇ ਹੋ ਸਟਰੋਂਗ ਵੂਮੈਨ। ਸਾਡੇ ਵਰਗੇ ਤਾਂ ਤਰਸਦੇ ਰਹੇ ਨੇ, ਇੰਗਲੈਂਡ ਲਈ ਇਹ ਭੈਣ ਸਿਲੈਕਟ ਹੋ ਗਈ ਹੈ ਅਤੇ ਬੜੀ ਖੁਸ਼ੀ ਹੋਈ ਹੈ ਰਸ਼ੀਅਨ ਗੇਮ ਲਈ। ਅੱਛਾ ਭੈਣ, ਇੱਕ ਗੱਲ ਦੱਸੋ ਕਿ ਜੇ ਤੁਸੀਂ ਪਹਿਲਾਂ ਕੰਪੀਟੀਸ਼ਨ ਕਿਉਂ ਨਹੀਂ ਖੇਡਦੇ ਸੀਗੇ? ਇੰਨੇ ਇੰਨੇ ਮੈਡਲਸ ਤਾਂ ਪਹਿਲਾਂ ਵੀ ਆ ਸਕਦੇ ਸੀਗੇ, ਤੁਹਾਡੇ 'ਚ ਕਾਬਲੀਅਤ ਹੈਗੀ ਹੈ, ਖੇਡਦੇ ਕਿਉਂ ਨਹੀਂ ਸੀ? ਮਤਲਬ ਟਾਈਮ ਅਕੋਰਡਿੰਗ ਆਉਂਦੇ ਰਹਿੰਦੇ ਸੀ, ਜਾਂਦੇ ਵੀ ਸੀਗੇ, ਬਟ ਉਹ ਹੁੰਦਾ ਸੀ ਨਾ ਇੱਕ એનર્ਜੀ ਨਹੀਂ ਹੁੰਦੀ ਸੀ ਅੰਦਰ। ਅੱਛਾ, ਹੁਣ એનર્ਜੀ ਕਿੱਦਾਂ ਆਈ ਫਿਰ? ਬਸ ਕੋਸਾ ਵੀ ਕਹਿੰਦੇ ਨੇ ਸਭ, ਇਹ ਤੇ ਡਾਈਟ ਦੀ ਹੈ। ਅੱਛਾ, ਡਾਈਟ ਦੀ ਮਿਹਨਤ ਹੈ, ਮਤਲਬ ਪਹਿਲਾਂ ਡਾਈਟ ਨਹੀਂ ਹੁੰਦੀ ਸੀ ਤਾਂ ਦਿਲ ਵੀ ਨਹੀਂ ਕਰਦਾ ਸੀ, ਕਿਉਂਕਿ ਆਪਾਂ ਨੂੰ ਪਤਾ ਜੇ ਆਪਾਂ ਓਬਵੀਅਸਲੀ ਗੱਲ ਹੈ, ਜੇ ਡਾਈਟ ਮਰੀਜ਼ ਨੂੰ ਵੀ ਨਾ ਮਿਲੇ ਉਹ ਵੀ ਨਹੀਂ ਠੀਕ ਹੋ ਸਕਦਾ, ਅਤੇ ਜੇ ਇਹਨਾਂ ਨੇ ਅੱਜ ਐਕਸਟਰਾ ਆਰਡੀਨਰੀ ਐਕਸਟਰਾ ਮੈਡਲ ਲੈ ਕੇ ਆਏ ਨੇ ਤਾਂ ਇਹ ਡਾਈਟ ਕਰਕੇ ਲੈ ਕੇ ਆਏ ਨੇ। ਇਹ ਡਾਈਟ ਬਹੁਤ ਅਹਿਮੀਅਤ ਰੱਖਦੀ ਆ, ਅਤੇ ਜਿਹੜੀ ਇਹ ਡਾਈਟ ਦਾ ਮੁੱਲ ਮੋੜ ਰਹੀਆਂ ਇਹ 1,000 ਗੁਣਾ ਜ਼ਿਆਦਾ ਮੋੜ ਰਹੀਆਂ। ਜੇ ਟਿੰਗਰੇ ਨੇ ਅੱਜ ਡਾਈਟ ਦੀ ਸੇਵਾ ਇਹਨਾਂ ਦੀ ਸਵੇਰੇ ਸ਼ਾਮ ਫਰੂਟ ਦੀ ਕਰ ਰਿਹਾ, ਚਲੋ ਹੈ ਤਾਂ ਛੋਟੀ ਜਿਹੀ ਗੱਲ, 100-150 ਦਾ ਰੋਜ਼ ਦਾ ਫਰੂਟ ਨਹੀਂ ਹੋਣਾ, ਪਰ ਇੱਕ ਤੁਸੀਂ ਦੇਖੋ ਕੜੀ ਦੇਖੋ ਸੋਸ਼ਲ ਮੀਡੀਆ 'ਤੇ ਕੈਸੀ ਜੁੜੀ। ਸੋਸ਼ਲ ਮੀਡੀਆ ਤੋਂ ਇਹ ਭੈਣ ਮਿਲੀਆਂ, ਇਹਨਾਂ ਨੇ ਫੇਸਬੁੱਕ 'ਤੇ ਵੀਡੀਓਜ਼ ਦੇਖੀਆਂ, ਸਾਡੇ ਕੋਲ ਆਈਆਂ, ਅਸੀਂ ਵੀ ਕਹਿ ਲਓ ਕਿ ਭੈਣਾਂ ਨੂੰ ਹੌਸਲਾ ਵਧਾਇਆ ਕਿ ਨਹੀਂ। ਪਹਿਲਾਂ ਇਹ ਕਹਿੰਦੀਆਂ ਸੀ ਕਿ ਵੀਰੇ ਸਾਡੇ ਕੋਲ ਫਾਈਨੈਂਸ਼ੀਅਲੀ ਅਸੀਂ ਕੰਪੀਟੀਸ਼ਨ ਦੀ ਫੀਸ ਦੇਣ ਲਈ ਘਰੋਂ, ਕਿਉਂਕਿ ਕੰਪੀਟੀਸ਼ਨ ਦੀ ਫੀਸਾਂ 'ਤੇ 2-2 ਹਜ਼ਾਰ ਰੁਪਇਆ 1,000 ਰੁਪਇਆ ਲੱਗਦਾ ਸੀ ਅਤੇ ਸਾਡੇ ਕੋਲ ਪੈਸੇ ਨਹੀਂ ਹੁੰਦੇ ਸੀ ਤਾਂ ਅਸੀਂ ਕੰਪੀਟੀਸ਼ਨ ਖੇਡਦੇ ਹੀ ਨਹੀਂ ਸੀ। ਤਾਂ ਤੁਸੀਂ ਹੁਣ ਦੇਖੋ ਕਿ ਇੱਕ ਸਪੋਰਟਸ ਬੰਦਾ ਇਹ ਫੀਲ ਸਮਝ ਸਕਦਾ ਕਿ ਜਦੋਂ ਕੁਛ ਕਰਨ ਦੀ ਅੰਦਰ ਤਾਕਤ ਹੋਵੇ ਪਰ ਸਾਡੇ ਕੋਲ ਪਲੇਟਫਾਰਮ ਨਾ ਹੋਵੇ, ਸਾਡੇ ਕੋਲ ਡਾਈਟ ਨਾ ਹੋਵੇ, ਕਿੰਨੀ ਮਰਨ ਵਾਲੀ ਗੱਲ ਹੋ ਜਾਂਦੀ ਹੈ ਨਾ। ਤਾਂ ਮੈਂ ਬਹੁਤ ਐਪਰੀਸ਼ੀਏਟ ਕਰਦਾ ਇਹ ਭੈਣਾਂ ਨੂੰ ਕਿ ਇਹਨਾਂ ਨੇ ਇਸ ਡਾਈਟ ਦਾ ਔਰ ਇਹ ਜਿਹੜੀਆਂ ਫੀਸਾਂ ਭਰੀਆਂ ਇਹਨਾਂ ਨੇ ਉਹਦਾ ਮੁੱਲ ਮੋੜਿਆ, ਅਤੇ ਮੁੱਲ ਮੋੜ ਕੇ ਅੱਜ ਭੈਣੋ ਤਿੰਨੋਂ ਦੇਖੋ ਤੁਸੀਂ 2-2 ਮੈਡਲ ਲੈ ਕੇ ਆਈਆਂ ਅਤੇ ਟਿੰਗਰੇ ਦਾ ਨਾਮ ਰੋਸ਼ਨ ਕਰ ਰਹੀਆਂ। ਅਵਿਨਾਸ਼ ਟਿੰਗਰਾ ਜਿਹੜਾ ਡਾਈਟ ਕਰ ਰਿਹਾ ਦੇਖੋ, ਹੈ ਨਾ, ਜਿਹਨੂੰ ਸਕੂਲ ਦੇ ਵਿੱਚ ਕਦੀ ਮੈਡਲ ਨਹੀਂ ਮਿਲਿਆ ਅੱਜ ਮੈਡਲਾਂ ਨਾਲ ਗਲ ਭਰਿਆ ਪਿਆ। ਅਤੇ ਸਾਡੇ ਡਾਕਟਰ ਤਨੂ ਮੈਡਮ ਨੇ ਜਿਹੜੇ ਹਰ ਸੰਡੇ ਤੁਹਾਨੂੰ ਪਤਾ ਐਜ਼ ਅ ਫਿਜ਼ੀਓਥੈਰੇਪਿਸਟ ਆਉਂਦੇ ਨੇ, ਜਿੱਥੇ ਮੈਂ ਕੁੜੀਆਂ ਦੀ ਤੁਹਾਨੂੰ ਇੱਕ ਆਹ ਫੇਸ ਦਿਖਾ ਰਿਹਾ, ਦੂਜੇ ਪਾਸੇ ਮੇਰੇ ਕੋਲ ਇੱਕ ਪਿਤਾ ਜੀ ਵੀ ਬੈਠੇ ਨੇ। ਆ ਜਾਓ ਬ੍ਰਦਰ, ਇਹਨਾਂ ਦਾ ਬੜਾ ਮੰਦਭਾਗੀ ਕੇਸ ਹੈ ਅਤੇ ਔਰ ਉਹ ਕੇਸ ਹੈ ਜਿਹੜਾ ਸ਼ਾਇਦ ਤੁਸੀਂ ਸਾਰੇ ਸੁਣਦੇ ਹੀ ਹੋ, ਹੈ ਨਾ, ਕਿ ਕੀ ਕੇਸ ਹੈ।
ਤੇ ਇਹਨਾਂ ਦੀ 7 ਸਾਲ ਦੀ ਬੇਟੀ ਹੈ ਜੀ। ਉਹ ਹੋਲੀ ਵਾਲੇ ਦਿਨ ਉਹਨਾਂ ਨਾਲ ਕਾਫੀ ਮਿਸਹੈਪਨਿੰਗ ਹੋਈ, ਰੇਪ ਹੋਇਆ ਉਸ ਬੇਟੀ ਨਾਲ, 7 ਸਾਲ ਦੀ ਕੁੜੀ ਦੇ ਨਾਲ। ਤੇ ਲੁਧਿਆਣੇ ਕੇਸ ਚੱਲ ਰਿਹਾ, ਜਿਹੜੇ ਬੰਦੇ ਨੇ ਕੀਤਾ ਉਹ 50 ਸਾਲ ਦਾ ਬੰਦਾ ਕਹਿ ਲਓ ਕਿ ਇੱਕ ਤਰ੍ਹਾਂ ਦਾ ਹਬਸ਼ੀ ਹੈ। ਹਾਲਾਂਕਿ ਮੈਂ ਤਾਂ ਇਹਨਾਂ ਨੂੰ ਕਿਹਾ ਸੀਗਾ ਪਤਾ ਨਹੀਂ ਕੈਮਰੇ ਮੋਰੇ ਗੱਲ ਕਹਿਣੀ ਚਾਹੀਦੀ ਕਿ ਨਹੀਂ ਚਾਹੀਦੀ। ਮੈਂ ਕਿਹਾ ਜਦੋਂ ਤੁਸੀਂ ਉਹਨੂੰ ਪਤਾ ਲੱਗਿਆ ਸੀ ਕਿ ਤੁਹਾਡੀ ਬੇਟੀ ਨਾਲ ਇਹ ਗਲਤ ਕੰਮ ਹੋਇਆ, ਔਰ ਮੈਂ ਫੋਟੋ ਤੱਕ ਨਹੀਂ ਦਿਖਾ ਸਕਦਾ ਕਿ ਉਹਦੀ ਇੰਟਲੀਜੈਂਸਾਂ ਲਈ ਪਾਈਪ ਵੀ ਫਾਟ ਗਈ ਸੀਗੀ ਯਾਰ, ਉਹ 7 ਸਾਲ ਦੀ ਬੱਚੀ ਦੀ PGI 'ਚ ਉਹਦਾ ਟ੍ਰੀਟਮੈਂਟ ਚੱਲ ਰਿਹਾ। ਇਹ ਮੈਨੂੰ ਮਿਲੇ ਕਿੱਦਾਂ? ਸਾਨੂੰ ਪਰਸੋਂ CWS ਆਫਿਸ ਹੈ ਜੀ ਲੁਧਿਆਣੇ, ਚਿਲਡਰਨ ਵੈਲਫੇਅਰ ਸੁਸਾਇਟੀ, ਮਤਲਬ ਸਰਕਾਰੀ ਦਫ਼ਤਰ ਹੈ, ਉੱਧਰੋਂ ਮੈਨੂੰ ਕਾਲ ਆਉਂਦੀ ਹੈ ਕਿ ਸਾਡੇ ਕੋਲ ਇੱਕ ਭੈਣ ਆ ਛੋਟੀ, 7 ਸਾਲ ਦੀ, ਜਿਹਦੇ ਨਾਲ ਗਲਤ ਕੰਮ ਹੋਇਆ, ਰੇਪ ਹੋਇਆ, ਅਤੇ ਉਹਨੂੰ ਇੱਕ ਐਂਬੂਲੈਂਸ ਦੀ ਫੈਸਿਲਿਟੀ ਚਾਹੀਦੀ ਹੈ PGI ਜਾਣ ਲਈ। ਬਾਈ ਮੇਰੇ ਤਾਂ ਰੰਗ ਉੱਡ ਗਏ ਹੈ ਨਾ, ਕਿਉਂਕਿ ਸਾਡੇ ਵਰਗਿਆਂ ਲਈ ਇੱਦਾਂ ਦੇ ਕੇਸ ਸੁਣਨਾ, ਹਜ਼ਮ ਕਰਨਾ ਬੜਾ ਔਖਾ ਕੰਮ ਹੈ। ਅਤੇ ਮੈਂ ਫਟਾਫਟ ਇਸ਼ੂ ਨੂੰ ਫੋਨ ਕੀਤਾ, ਮੈਂ ਕਿਹਾ ਐਂਬੂਲੈਂਸ ਫਟਾਫਟ ਪ੍ਰੋਵਾਈਡ ਕਰਾਓ, ਸਾਡੇ ਪੱਪੂ ਭਾਅ ਜੀ ਆ ਜਾਓ। ਸਾਡੇ ਪੱਪੂ ਭਾਅ ਜੀ ਕੱਲ੍ਹ ਸਾਰੀ ਦਿਹਾੜੀ ਲਾ ਕੇ ਆਪਣੀ, ਸਵੇਰੇ ਕਿੰਨੇ ਵਜੇ ਗਏ ਸੀ? ਸਵੇਰੇ ਕਿੰਨੇ ਕੁ ਵਜੇ ਗਏ ਸੀ? ਸਵੇਰੇ ਤੋਂ ਲੈ ਕੇ ਸ਼ਾਮ ਤੱਕ ਇਹ ਇਹਨਾਂ ਦੇ ਨਾਲ ਰਹੇ ਵਿਚਾਰੇ। ਅਤੇ ਮਤਲਬ ਇਹ ਹੁਣ ਵੀ ਹਜੇ ਵੀ ਆਪਣੀ ਬੇਟੀ ਦੇ ਇਨਸਾਫ਼ ਲਈ ਜਿਹੜਾ ਉਹ ਗੁਹਾਰ ਲਗਾ ਰਹੇ ਨੇ। ਮੈਨੂੰ ਬੜੀ ਸ਼ਰਮ ਆਉਂਦੀ ਹੈ ਕਿ ਸਾਡੇ ਇੰਡੀਅਨ ਕੋਨਸਟੀਟਿਊਸ਼ਨ ਦੇ ਵਿੱਚ ਹਜੇ ਤੱਕ ਇੱਦਾਂ ਦਾ ਰੂਲ ਨਹੀਂ ਬਣ ਪਾ ਰਿਹਾ, ਇੱਦਾਂ ਦਾ ਲਾਅ ਨਹੀਂ ਬਣ ਪਾ ਰਿਹਾ ਕਿ ਜਿਹੜੇ ਇੱਦਾਂ ਦੀ ਦਰਿੰਦਗੀ ਕਰਦੇ ਨੇ ਉਹਨਾਂ ਨੂੰ ਸ਼ੂਟ ਐਟ ਪ੍ਰੂਫ ਮੈਂ ਤਾਂ ਕਹਿ ਰਿਹਾ ਕਿ ਜਦੋਂ ਪ੍ਰੂਫ ਹੋ ਜਾਵੇ ਕਿ ਆਹ ਬੰਦੇ ਨੇ ਅਪਰਾਧ ਕੀਤਾ, ਉਦੋਂ ਉਹਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ ਹੈ ਨਾ। ਉਹਨੂੰ ਤਰੀਕ 'ਤੇ ਤਰੀਕ ਪਾ ਦਿੱਤੀ ਜਾਂਦੀ ਹੈ, ਉਹਨੂੰ ਕੋਰਟ ਕਚਹਿਰੀਆਂ 'ਚ ਘਸੀੜਿਆ ਜਾਂਦਾ ਹੈ, 10-10 ਸਾਲ ਕੇਸ ਚੱਲਦਾ ਹੈ, ਉਸ ਤੋਂ ਬਾਅਦ ਕੋਈ ਨਾ ਕੋਈ ਜੈਕ ਲਾ ਕੇ ਉਹਨੂੰ ਜਿਹੜਾ ਖਤਮ ਕਰ ਦਿੱਤਾ ਜਾਂਦਾ ਕੇਸ ਨੂੰ। ਅਤੇ ਮੈਂ ਨਹੀਂ ਚਾਹੁੰਦਾ ਕਿ ਇਹਨਾਂ ਦੀ ਬੇਟੀ ਨਾਲ ਵੀ ਇਹੀ ਹੋਵੇ। ਅਤੇ ਸਾਡੀ ਸਰਕਾਰ ਨੂੰ ਦੇਖੋ, ਕੁਛ ਆਫਿਸਰਸ ਹੈਗੇ ਨੇ, ਕੁਛ ਮੈਡੀਕਲ ਆਫਿਸਰਸ ਜਾਂ ਕਹਿ ਲਓ ਕਿ ਹਰ ਵਰਗ ਦੇ ਵਿੱਚ ਕੁਛ ਆਫਿਸਰਸ ਐਸੇ ਹੁੰਦੇ ਨੇ ਜਿਹੜੇ ਦਿਲੋਂ ਸਮਾਜ ਲਈ ਸੇਵਾ ਕਰਨਾ ਚਾਹੁੰਦੇ ਨੇ ਵਿਦਾਊਟ ਕਰਪਸ਼ਨ। ਜੇ ਮੈਂ ਕਹਾਂ 100% ਪੁਲਿਸ ਕਰਪਟ ਹੈ, ਇਹ ਗਲਤ ਹੈ ਨਾ। ਕੁਛ ਲੋਕ ਹਮੇਸ਼ਾ ਹਰ ਵਰਗ ਦੇ ਵਿੱਚ ਹੁੰਦੇ ਨੇ ਜਿਹੜੇ 100% ਕਰਪਟ ਨਹੀਂ ਹੁੰਦੇ। ਉਵੇਂ ਜਿਹੜਾ CWS ਡਿਪਾਰਟਮੈਂਟ ਹੈ ਉਹਨਾਂ ਵਿੱਚ ਵੀ ਕੁਛ ਆਫਿਸਰਸ ਹੈਗੇ ਨੇ ਜਿਹੜੇ ਦਿਲੋਂ ਕੁਛ ਇੱਦਾਂ ਦੀ ਬੱਚੀਆਂ ਲਈ ਕਰਨਾ ਚਾਹੁੰਦੇ ਨੇ। ਅਤੇ ਮੈਂ ਉਹਨਾਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਕਰਾਂਗਾ। ਦੇਖੋ, ਵੈਸੇ ਤਾਂ ਇਹ ਮਾਣ ਵਾਲੀ ਗੱਲ ਨਹੀਂ ਹੈਗੀ ਕਿ ਸਾਡੀ NGO ਨੂੰ ਇਹਨਾਂ ਦੀ ਬੇਟੀ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ, ਕਿਉਂਕਿ ਜੋ ਇਹਨਾਂ ਨਾਲ ਹੋਇਆ ਜਾਂ ਇਹਨਾਂ ਦੀ ਬੇਟੀ ਨਾਲ ਹੋਇਆ ਉਹ ਦੁਨੀਆਂ 'ਚ ਕਿਸੇ ਨਾਲ ਨਹੀਂ ਹੋਣਾ ਚਾਹੀਦਾ, ਕਿਉਂਕਿ ਬਹੁਤ ਗਲਤ ਹੋਇਆ। 7 ਸਾਲ ਦੀ ਬੱਚੀ, ਤੁਸੀਂ ਫੀਲ ਕਰਕੇ ਦੇਖੋ ਕਿ ਰੱਬ ਨਾ ਕਰੇ ਉਸ ਪਿਓ 'ਤੇ ਕੀ ਬੀਤਦੀ ਹੋਏਗੀ। ਔਰ ਇਹ ਭਾਅ ਜੀ ਦੱਸ ਰਹੇ ਨੇ ਕਿ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਬੇਟੀ ਨਾਲ ਇੰਨਾ ਗਲਤ ਕੰਮ ਹੋਇਆ ਤਾਂ ਕਹਿੰਦੇ ਮੇਰੇ ਲੱਤਾਂ 'ਚੋਂ ਜਾਨ ਨਿਕਲਣੀ ਸ਼ੁਰੂ ਹੋ ਗਈ ਸੀ, ਕਿ ਮੈਨੂੰ ਇਹ ਲੱਗਣ ਲੱਗ ਗਿਆ ਸੀ ਕਿ ਮੇਰੀ ਜਿਹੜੀ ਮੌਤ ਦੀ ਕਬਰ ਹੈ ਉਹ ਖੁਦਨੀ ਸ਼ੁਰੂ ਹੋ ਗਈ ਹੈ। ਓਬਵੀਅਸਲੀ ਗੱਲ ਆ, ਅਸੀਂ ਵੀ ਘਰੇ ਭੈਣਾਂ ਵਾਲੇ, ਭਰਾਵਾਂ ਵਾਲੇ ਜਾਂ ਕਹਿ ਲਓ ਬਾਪਾਂ ਵਾਲੇ ਹੈਗੇ, ਅਸੀਂ ਵੀ ਫੀਲ ਕਰ ਸਕਦੇ ਹਾਂ। ਅਤੇ ਇਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ। ਇਹਨਾਂ ਦਾ ਕੋਰਟ ਕੇਸ ਚੱਲ ਰਿਹਾ, ਹਾਈ ਕੋਰਟ ਦੇ ਵਿੱਚ ਫੈਸਲਾ ਆਉਣਾ, ਹਾਲੇ ਤੱਕ ਉਹ ਬੰਦਾ ਪੁਲਿਸ ਕਸਟਡੀ ਦੇ ਵਿੱਚ ਹੈ ਜਿਨ੍ਹਾਂ ਨੇ ਇਹ ਗਲਤ ਕੰਮ ਕੀਤਾ। ਅਤੇ ਇਹਨਾਂ ਦੀ ਇੱਕ ਕੀ ਨਾਮ ਹੈ ਭਾਈ ਸਾਹਿਬ ਦਾ ਜੋ ਤੁਹਾਡੀ ਹੈਲਪ ਕਰ ਰਹੇ ਨੇ? ਸੁਸ਼ੀਲ ਮਕਾਨ ਜੀ। ਸੁਸ਼ੀਲ ਮਕਾਨ ਜੀ ਜਿਹੜੇ ਇਹਨਾਂ ਦੀ ਬਹੁਤ ਹੈਲਪ ਕਰ ਰਹੇ ਨੇ, ਉਹਨਾਂ ਨੇ ਧਰਨੇ ਵੀ ਲਾਏ ਨੇ, ਪ੍ਰੋਟੈਸਟ ਵੀ ਕੀਤਾ ਇਹਨਾਂ ਦੀ ਬੇਟੀ ਲਈ, ਅਤੇ ਮੇਰੀ ਵੀ ਉਹਨਾਂ ਦੀ ਹੁਣੀ ਫੋਨ 'ਤੇ ਉਹਨਾਂ ਨਾਲ ਗੱਲ ਹੋਈ ਹੈ, ਮੈਂ ਵੀ ਉਹਨਾਂ ਦੇ ਨਾਲ। ਪਰ ਹਾਂ, ਸਾਡੇ ਸਮਾਜ ਦੇ ਵਿੱਚ ਦਰਿੰਦਗੀ ਜਦੋਂ ਹੁੰਦੀ ਹੈ ਬੜਾ ਸ਼ਰਮ ਜੀ ਮਹਿਸੂਸ ਹੁੰਦੀ ਹੈ ਕਿ ਪੰਜਾਬ ਉਹੀ ਧਰਤੀ ਹੈ ਜਿੱਥੇ ਸਾਡੇ ਜਿਹੜੇ ਸੂਰਮਿਆਂ ਨੇ ਕਹਿ ਲਓ ਕਿ ਭੈਣਾਂ ਦੀ ਇੱਜ਼ਤ ਲਈ ਇੱਕ ਮਿੰਟ 'ਚ ਲੋਕਾਂ ਦੇ ਕਹਿ ਲਓ ਕਿ ਅਪਰਾਧੀਆਂ ਦੇ ਜਾਂ ਮੁਗਲਾਂ ਦੇ ਗੱਲ ਲਾਏ ਨੇ, ਹੈ ਨਾ। ਹਮੇਸ਼ਾ ਜਿਹੜੀ ਤਲਵਾਰ ਹੈ ਉਹ ਅਪਰਾਧ ਦੇ ਖਿਲਾਫ਼ ਉੱਠੀ ਹੈ, ਪਰ ਅੱਜ ਸਾਡੇ ਜਦੋਂ ਕੋਨਸਟੀਟਿਊਸ਼ਨ ਬਣ ਗਿਆ, ਸਾਡੇ ਜਦੋਂ ਦੇਸ਼ ਦਾ ਸੰਵਿਧਾਨ ਬਣ ਗਿਆ, ਉਸ ਤੋਂ ਬਾਅਦ ਡਾਇਰੈਕਟ ਤਲਵਾਰਾਂ ਚੱਲਣੀਆਂ ਬੰਦ ਹੋ ਗਈਆਂ ਅਤੇ ਕਲਮ ਦੀ ਤਲਵਾਰ ਚੱਲਣ ਲੱਗ ਗਈ। ਪਰ ਉਹ ਕਲਮ ਦੀ ਤਲਵਾਰ ਲੇਟ ਇੰਨੀ ਹੋ ਰਹੀ ਹੈ ਕਿ ਇਹਨਾਂ ਦੀ ਬੇਟੀ ਨੂੰ ਜਿਹੜਾ ਇਨਸਾਫ਼ ਹੈ ਉਹ ਹੁਣ ਤੱਕ ਮਿਲ ਨਹੀਂ ਪਾ ਰਿਹਾ। ਉਹ ਬੰਦਾ ਹਜੇ ਵੀ ਅੰਦਰ ਹੈ ਅਤੇ ਹਜੇ ਤੱਕ ਇਨਸਾਫ਼ ਨਹੀਂ ਮਿਲ ਪਾ ਰਿਹਾ। ਅਸੀਂ ਉਮੀਦ ਕਰਾਂਗੇ ਕਿ ਜੇ ਵੀਡੀਓ ਰਾਹੀਂ ਵੀ ਕੋਈ ਇਹਨਾਂ ਦੀ ਹੈਲਪ ਹੋ ਸਕੇ ਤਾਂ ਜ਼ਰੂਰ ਅਸੀਂ ਥੈਂਕਫੁਲ ਹੋਵਾਂਗੇ। ਬਾਕੀ ਡਾਕਟਰ ਤਨੂ ਜੀ ਸਾਡੇ ਨਾਲ ਨੇ, ਭੈਣੇ ਜਦੋਂ ਤੋਂ ਤੁਸੀਂ ਜੁੜੇ ਹੋ SNGO ਨਾਲ ਕੀ ਤੁਹਾਡਾ ਤਜਰਬਾ ਹੈ? ਭੈਣਾਂ ਬਹੁਤ ਨਾਮ ਰੋਸ਼ਨ ਕਰ ਰਹੀਆਂ, ਦੂਜੇ ਪਾਸੇ ਕਾਫੀ ਤਸਵੀਰ ਭੈਣ ਦੀ ਦੇਖਣ ਨੂੰ ਮਿਲਦੀ ਹੈ। ਮੇਰੇ ਤਾਂ ਆਪਦੇ ਰੂਹ ਕੰਡੇ ਖੜ ਗਏ ਜੋ ਮੈਂ ਸੁਣਿਆ
ਕਿਉਂਕਿ DMC 'ਚ ਮੈਂ ਵੀ ਕੰਮ ਕਰਦੀ ਹਾਂ, ਬਹੁਤ ਕੁਛ ਸੁਣਨ ਨੂੰ ਮਿਲਦਾ, ਉੱਥੇ ਵੀ ਇਹ ਚੀਜ਼ਾਂ ਦੇਖੀਆਂ, ਬਟ ਮੇਰੇ ਤੋਂ ਕੰਟਰੋਲ ਹੈ ਨਹੀਂ ਗਾ ਜੋ ਉਹਨਾਂ ਨਾਲ ਹੋਇਆ। ਬਹੁਤ ਮਨ ਭੱਗੀ ਹੈ ਜੋ, ਮਤਲਬ ਇੱਕ ਪਾਸੇ ਅਸੀਂ ਕੁੜੀਆਂ ਬਹੁਤ ਅੱਗੇ ਆਉਣ ਦੀ ਕੋਸ਼ਿਸ਼ ਕਰ ਰਹੀਆਂ, ਬਟ ਇੱਕ ਪਾਸੇ ਜੇ ਧੀਆਂ ਨਾਲ ਇਹ ਕੁਛ ਹੋਊਗਾ ਤਾਂ ਇਹ ਇੱਕ ਇਹੀ ਰੀਜ਼ਨ ਹੈ ਮੈਂ ਜੋ ਫੀਲ ਕਰਦੀ ਹਾਂ ਅੱਜ ਦੇ ਟਾਈਮ 'ਚ ਕਿ ਮਾਂ ਪਿਓ ਧੀ ਜੰਮਣ ਤੋਂ ਡਰਦੇ, ਸਿਰਫ ਇਹੀ ਰੀਜ਼ਨ ਹੈ ਇੱਕ। ਉਹਨਾਂ ਨੂੰ ਕੋਈ ਦਾਜ ਦੇਜ ਸਭ ਆ ਪੈਸਾ ਤਾਂ ਦਿੰਦੇ ਰਹਿਣਗੇ ਮਾਂ ਪਿਓ, ਕਿਉਂਕਿ ਉਹ ਕਹਿੰਦੇ ਆ ਜਦੋਂ ਕੁੜੀ ਵਿਆਹੀ ਵੀ ਜਾਂਦੀ ਹੈ ਨਾ ਤਦ ਵੀ ਉਹਨਾਂ ਦਾ ਮਤਲਬ ਕਿ ਉਹ ਚੱਲਦਾ ਰਹਿੰਦਾ ਦੇਣਾ ਸਭ ਕੁਛ, ਬਟ ਸਿਰਫ ਇਹੀ ਰੀਜ਼ਨ ਹੈ ਕਿ ਮਾਂ ਪਿਓ ਕੁੜੀ ਦੇਣ ਨੂੰ ਡਰਦੇ ਨੇ। ਇਹਦਾ ਸੋਲੂਸ਼ਨ ਕੀ ਸਮਝਦੇ ਪੈਣੇ ਜੀ? ਸੋਲੂਸ਼ਨ ਇਹੀ ਹੈ ਵੀਰੇ ਕਿ ਦੇਖੋ ਮੈਂ ਜੋ ਤੁਸੀਂ ਗੱਲ ਮੈਂ ਐਗਰੀ ਹਾਂ ਕਿ ਜਦ ਤੱਕ ਆਪਣੀ ਸਰਕਾਰਾਂ ਜਦ ਤੱਕ ਆਪਣੇ ਅੱਗੇ ਇੱਕ ਨੂੰ ਮਾਰ ਕੇ ਨਹੀਂ ਟੰਗਦੇ, ਇੱਕ ਐਗਜ਼ਾਮਪਲ ਸੈੱਟ ਨਹੀਂ ਕਰਦੇ, ਕਿਉਂਕਿ ਦੇਖੋ ਬਾਹਰਲੇ ਦੇਸ਼ਾਂ 'ਚ ਕ੍ਰਾਈਮ ਕਿਉਂ ਘੱਟ ਹੈ ਕਿਉਂਕਿ ਐਟ ਦ ਸਪੋਟ ਕੋਈ ਨਾ ਫੈਸਲਾ ਦਿੱਤਾ ਜਾਂਦਾ, ਇੱਥੇ ਕਿਉਂ ਨਹੀਂ? ਬਹੁਤ ਸਾਰੇ ਕੇਸਿਸ ਹੈ ਕਿਉਂਕਿ ਇੱਦਾਂ ਦੀਆਂ ਚੀਜ਼ਾਂ ਮੈਂ ਬਹੁਤ ਚੀਜ਼ਾਂ ਦੇਖਦੀ ਹਾਂ। ਕਈ ਕੁੜੀਆਂ ਅੱਗੇ ਆ ਕੇ ਪੇਰੈਂਟਸ ਗੱਲ ਨਹੀਂ ਕਰਦੇ, ਬਟ ਅੰਕਲ ਜੀ ਨੂੰ ਸਲੂਟ ਹੈ ਕਿ ਉਹਨਾਂ ਨੇ ਇਹ ਨਹੀਂ ਦੇਖਿਆ ਮੇਰੀ ਕੁੜੀ ਹੈ ਅਤੇ ਮੇਰੀ ਕੁੜੀ ਦੀ ਗੱਲ ਅੱਗੇ ਆ ਰਹੀ ਹੈ, ਅੱਗੇ ਆ ਕੇ ਉਹਨਾਂ ਨੇ ਦੱਸਿਆ ਕਿ ਅੱਗੋਂ ਕਿਸੇ ਹੋਰ ਦੀ ਕੁੜੀ ਨਾਲ ਜਾਂ ਕਿਸੇ ਦੇ ਧੀ ਨਾਲ ਨਾ। ਖੁਦ ਐਡਮਿਟ ਹੋ ਕੇ ਆਏ ਨੇ ਹਸਪੀਟਲ 'ਚੋਂ, ਕੱਲ੍ਹ ਡਿਸਚਾਰਜ ਲਿੱਤਾ ਅਤੇ ਮੈਂਟਲੀ ਇੰਨੇ ਅਨਸਟੇਬਲ ਨੇ ਕਿ ਇਹਨਾਂ ਕੋਲ ਗੱਲ ਵੀ ਨਹੀਂ ਹੁੰਦੀ ਸਾਡੇ ਨਾਲ, ਹੁਣ ਵੀ ਜਦੋਂ ਆਏ ਨੇ। ਮੈਂ ਸਮਝ ਸਕਦੀ ਹਾਂ ਪੇਰੈਂਟਸ ਦੇ ਉੱਤੇ ਬਹੁਤ ਜ਼ਿਆਦਾ ਡਿਪਰੈਸ਼ਨ ਆਹ ਚੀਜ਼ ਦਾ ਆਊਗਾ ਹੀ ਓਬਵੀਅਸਲੀ, ਹੁਣ ਮੈਂ ਧੀ ਹਾਂ, ਮੇਰੇ ਮਾਂ ਪਿਓ ਘਰੇ ਬੈਠੇ ਨੇ 9 ਵਜੇ ਦੇ, ਮਤਲਬ ਕਿ ਇੱਥੇ ਮੇਰੇ ਜਿਹੜੇ ਟੀਮ ਮੈਂਬਰ ਹੁੰਦੇ ਕਈ ਵਾਰ ਅਸੀਂ ਇਕੱਠੇ ਪਹੁੰਚਦੇ ਹਾਂ ਅਤੇ ਉਹਨਾਂ ਨੇ ਵੀ ਦਿਨ ਦੇਖਿਆ ਨੋਟ ਕੀਤਾ ਕਿ ਜਦੋਂ ਮੈਂ ਇੱਥੇ ਪਹੁੰਚਦੀ ਹਾਂ ਨਾ ਮੈਂ ਆਪਣੇ ਪੇਰੈਂਟਸ ਨੂੰ ਕਾਲ ਕਰਦੀ ਹਾਂ ਕਿ ਮੈਂ ਇੱਥੇ ਪਹੁੰਚ ਗਈ, ਜੇ ਮੈਂ ਇੱਥੋਂ ਜਾਣਾ ਮੈਂ ਇੱਥੋਂ ਕਾਲ ਕਰਨਾ ਕਿ ਮੈਂ ਇੱਥੋਂ ਨਿਕਲਣ ਲੱਗੀ ਹਾਂ। ਕਿਉਂ? ਕਿਉਂਕਿ ਉਹਨਾਂ ਨੂੰ ਸ਼ੱਕ ਨਹੀਂ ਹੈ ਮੇਰੇ 'ਤੇ, ਉਹਨਾਂ ਨੂੰ ਇਹ ਕਿ ਅੱਜ ਦੇ ਟਾਈਮ ਦੇ ਵਿੱਚ ਆਹ ਚੀਜ਼ ਇੰਨੇ ਕੋਈ ਕੋਈ ਚੰਗਾ ਕੰਮ ਵੀ ਕਰਨ ਉਹਦੇ ਮਗਰ ਵੀ ਲੋਕ ਲੱਗ ਜਾਂਦੇ ਨੇ, ਤਾਂ ਕਰਕੇ ਅੰਕਲ ਨਾਲ ਮੈਂ ਅੰਕਲ ਧੀ ਹਾਂ ਤੁਹਾਡੀ, ਜੇ ਕੋਈ ਮੇਰੀ ਹੈਲਪ ਦੀ ਲੋੜ ਹੋਈ ਤਾਂ ਜ਼ਰੂਰ। ਇਹਨਾਂ ਕੋਲ ਵੀਡੀਓ ਦਿਖਾਣਾ, ਉਹ ਜੋ ਬੇਟੀ ਕੀ, ਮਤਲਬ ਉਹ ਵੀਡੀਓ ਦੇਖ ਕੇ ਵੀ ਮੇਰੀ ਰੂਹ ਕੰਬ ਗਈ, ਉਹ ਮੈਂ ਪਬਲਿਕਲੀ ਵੀਡੀਓ ਨਹੀਂ ਦਿਖਾ ਸਕਦਾ, ਮਤਲਬ ਪੇਟ ਤੱਕ ਭੈਣੇ ਚੀਰਾ ਦਿੱਤਾ ਗਿਆ ਅਤੇ ਅੰਦਰੋਂ ਇੰਟਸਟਾਈਨ ਫਟ ਗਈ ਉਹ ਬੱਚੀ ਦੀ, ਉਹ ਗਲਤ ਕੰਮ ਕਰਨ ਦੇ ਨਾਲ, ਅਤੇ ਬੱਚੀ ਤੜਪ ਰਹੀ ਹੈ ਅਤੇ ਉਹਦੀ ਇੱਕ ਇੱਕ ਤੜਪ ਦੇ ਵਿੱਚ ਇੱਕ ਬਦਦੁਆਵਾਂ ਵਰਡ ਵੀ ਮੈਨੂੰ ਉਹਦੇ ਲਈ ਛੋਟਾ ਲੱਗ ਰਿਹਾ। ਮੈਂ ਸੋਚ ਰਿਹਾ ਉਸ ਬੰਦੇ ਨਾਲ ਬੁਰੇ ਤੋਂ ਬੁਰਾ ਕੀ ਹੋ ਸਕਦਾ, ਕਿ ਉਹਦੇ ਸਾਰੇ ਸਰੀਰ 'ਚ ਕੀੜੇ ਪੈ ਜਾਣਗੇ, ਪਰ ਮੈਂ ਚਾਹੁੰਦਾ ਕਿ ਉਹਨੂੰ ਐਸੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਜਿਹੜੀ ਉਹਨੂੰ ਬੋਲ ਕੇ ਆਹ ਚੀਜ਼ ਨਹੀਂ ਐਕਸਪ੍ਰੈਸ ਕਰ ਸਕਦੇ ਉਹ ਨੂੰ ਦੇਖ ਰਿਹਾ, ਕਿਉਂਕਿ ਜੋ ਅਸੀਂ ਬੋਲਾਂਗੇ ਨਾ ਬਹੁਤ ਛੋਟੀ ਸਜ਼ਾ। ਇੱਦਾਂ ਤਾਂ ਫਿਰ ਭੈਣੇ ਕੋਰਟ ਕਚਹਿਰੀਆਂ ਬੰਦ ਹੋ ਜਾਣੀਆਂ ਚਾਹੀਦੀਆਂ ਨਾ, ਕਿ ਫਿਰ ਪੁਲਿਸ ਇੱਦਾਂ ਦੇ ਫਿਰ ਜਿਹੜੇ ਦਰਿੰਦੇ ਨੇ ਉਹ ਗਲਤ ਕੰਮ ਕਰਿਆ ਕਰਨਗੇ ਅਤੇ ਅਸੀਂ ਛੱਡ ਦਿਆ ਕਰਾਂਗੇ ਕਿ ਠੀਕ ਹੈ ਪਰਮਾਤਮਾ ਤਾਂ ਦੇਖ ਹੀ ਰਿਹਾ। ਪਰ ਕੰਸਟੀਟਿਊਸ਼ਨ ਇਸੇ ਲਈ ਬਣਿਆ ਸੀਗਾ ਕਿ ਜਦੋਂ ਤੱਕ ਪਰਮਾਤਮਾ ਆਪਣੀ ਸਜ਼ਾ ਸੁਣਾਉਣ ਦੇ ਵਿੱਚ ਦੇਰੀ ਲਾਉਂਦਾ, ਕਿਉਂਕਿ ਉਸ ਤੋਂ ਪਹਿਲਾਂ ਸਜ਼ਾ ਮਿਲੀ ਜਾਵੇ। ਆਹ ਦੇਖੋ, ਆ ਬੇਟੀ ਦੀ ਵੀਡੀਓ ਮੈਂ ਦੇਖੀ ਸੀ, ਪੇਟ ਤੱਕ ਦੇਖੋ ਕਿੱਥੇ ਤੱਕ ਚੀਰਾ ਆ ਚੁੱਕਾ ਅਤੇ ਕਿਵੇਂ ਪੀ ਜਾਈ। ਔਰ ਸਭ ਤੋਂ ਸ਼ਰਮ ਵਾਲੀ ਗੱਲ ਦੇਖੋ ਕਿ ਸਰਕਾਰ ਵੱਲੋਂ ਮੈਡੀਕਲ ਏਡ ਨਹੀਂ ਦਿੱਤੀ ਜਾਂਦੀ ਇੱਦਾਂ ਦੀ ਭੈਣਾਂ ਨੂੰ, ਔਰ ਐਂਬੂਲੈਂਸ ਕਰਾਉਣ ਲਈ ਕੱਲ੍ਹ ਇਹਨਾਂ ਨੂੰ ਇੱਥੋਂ ਸਾਨੂੰ ਆਪਣੀ ਪ੍ਰਾਈਵੇਟ ਐਂਬੂਲੈਂਸ ਭੇਜਣੀ ਪਈ। ਮਤਲਬ ਆ ਵੀਡੀਓ 'ਚ ਮੈਂ ਦਿਖਾ ਨਹੀਂ ਸਕਦਾ ਕਿ ਕਿੰਨੀ ਕੁ ਮਤਲਬ ਦਰਿੰਦਗੀ ਹੋਈ ਹੈ ਅਤੇ ਵਾਹਿਗੁਰੂ। ਸਕੂਲ ਦੇ ਵਿੱਚ ਫਸਟ ਆਉਂਦੀ ਹੈ ਇਹਨਾਂ ਦੀ ਬੇਟੀ। ਆਹ ਦੇਖੋ ਜੀ, ਮੈਂ ਫੇਸ ਨਹੀਂ ਦਿਖਾਊਂਗਾ ਤੁਹਾਨੂੰ, ਮੈਂ ਵੈਸੇ ਬੇਟੀ ਦਾ ਦਿਖਾਉਂਦਾ, ਮੈਡਲ ਪਾਇਆ ਹੋਇਆ ਗਲ ਦੇ ਵਿੱਚ, ਔਰ ਹਰ ਵਾਰ ਸਕੂਲ ਦੇ ਵਿੱਚ ਫਸਟ ਆਉਂਦੀ ਹੈ। ਆਹ ਦੇਖੋ, ਪੜ੍ਹਾਈ ਦੇ ਵਿੱਚ ਫਸਟ ਹੈ, ਸਕੂਲ ਖੇਡਾਂ ਦੇ ਵਿੱਚ ਫਸਟ ਹੈ, ਇਹਨਾਂ ਦੀ 4 ਬੇਟੀਆਂ, ਔਰ ਮੈਂ ਇਹਨਾਂ ਨੂੰ ਵਾਅਦਾ ਕੀਤਾ। ਮੇਰੀ 3 ਬੇਟੀਆਂ, 3ੋਂ ਬੇਟੀਆਂ ਮੇਰੀ ਕਲਾਸ ਆਫ ਫਸਟ ਹੀ ਆ, 3ੋਂ ਕੁੜੀਆਂ ਕਲਾਸ 'ਚ ਫਸਟ ਆਉਂਦੀਆਂ। ਯੈਸ, ਖਾਲਸਾ ਨੈਸ਼ਨਲ ਸੈਕੰਡ ਸੀਨੀਅਰ ਸਕੂਲ ਮੈਂ ਪੜ੍ਹਦੀ ਹਾਂ, ਬੱਚੀਆਂ ਹੈ ਮੇਰੀ ਅਜੇ। ਜੋ ਹੋਇਆ ਬਹੁਤ ਗਲਤ ਹੋਇਆ ਮੇਰਾ ਤਾਂ, ਮਗਰ ਆਜ ਵੀ ਮੇਰੇ ਕੋ ਡਰ ਲੱਗਤਾ ਹੈ ਕਿ ਮੈਂ ਜਬ ਸਕੂਲ ਛੋੜਨੇ ਜਾਤਾ ਹੂੰ ਤੋ ਕੋਈ ਬਾਤ ਨਹੀਂ ਹੈ, ਜਬ ਸਕੂਲ ਸੇ ਵਾਪਸ ਆਤਾ ਤੋ ਮੇਰੇ ਕੋ ਡਰ ਮਹਿਸੂਸ ਹੋਤਾ ਹੈ ਕਿ ਕੁਛ ਹੋ ਨਾ ਜਾਏ। ਕੁਛ ਨਹੀਂ ਹੋਤਾ, ਆਪ ਘਬਰਾਓ ਮਤ। ਇਹ ਸ਼ਖਸ ਮੇਰੇ ਨਾਲ ਗੱਲ ਕਰ ਕਰਕੇ ਬਹੁਤ ਵਾਰੀ ਮਤਲਬ ਇਮੋਸ਼ਨਲ ਹੋ ਚੁੱਕਾ, ਬੈਠੋ
ਇਹ ਇਹਨਾਂ ਦੇ ਭਾਈ ਸਾਹਿਬ ਨੇ, ਮੈਂ ਇਹਨਾਂ ਦਾ ਵੀ ਬਹੁਤ ਥੈਂਕਫੁਲ ਹਾਂ। ਆਪ ਸਕੇ ਭਾਈ ਉਨਕੇ ਜੀ ਮੇਰੇ ਸਾੜੂ, ਮੈਂ ਇਹਨਾਂ ਦਾ ਬਹੁਤ ਧੰਨਵਾਦ ਹਾਂ ਜਿਹੜੇ ਉਹਨੂੰ ਲੈ ਕੇ ਇੱਧਰ ਉੱਧਰ ਵਿਚਾਰੇ ਹੋਸਪਿਟਲ ਲੁਧਿਆਣੇ ਘਰ ਜੇ ਵੋ ਮੈਂਟਲੀ, ਕਿਉਂਕਿ ਇਸ ਇਸ ਚੀਜ਼ ਦੇ ਵਿੱਚ ਬੰਦਾ ਫਿਜ਼ੀਕਲੀ ਨਹੀਂ ਖਤਮ ਹੁੰਦਾ, ਮੈਂਟਲੀ ਖਤਮ ਹੋ ਜਾਂਦਾ ਕਿ ਮੇਰੀ ਬੇਟੀ ਨਾਲੇ ਕੀ ਹੋ ਗਿਆ ਨਾ। ਬੇਟੀਆਂ ਨੂੰ ਰਾਜਿਆਂ ਵਾਂਗੂ ਕਹਿ ਲਓ ਕਿ ਰਾਣੀਆਂ ਵਾਂਗੂ ਪਾਲਿਆ ਜਾਂਦਾ, ਅਤੇ ਜਦੋਂ ਇੱਕ ਫਾਦਰ ਤੋਂ ਇਹ ਸੁਣਨ ਨੂੰ ਮਿਲਦਾ ਤਾਂ ਜਾਨ ਨਿਕਲ ਜਾਂਦੀ ਹੈ। ਪਰ ਚਲੋ ਮੈਡੀਕਲੀ ਜਿੰਨੀ ਸਪੋਰਟ ਇਹਨਾਂ ਨੂੰ ਚਾਹੀਦੀ ਹੋਈ ਅਸੀਂ ਇਹਨਾਂ ਦੇ ਨਾਲ ਹਾਂ। ਬਾਕੀ ਅੱਜ ਬੈਠੋ ਭੈਣ ਬੈਠੋ, ਅੱਜ ਪਾਪਾ ਦਾ ਮੇਰੇ ਬਰਥਡੇ ਸੀਗਾ ਅਤੇ ਆ ਜਾਓ ਬੇਟਾ, ਆ ਜਾਓ ਪਾਪਾ ਆ ਜਾਓ। ਮਿਸਟਰ ਰਾਜ ਕੁਮਾਰ ਕਵਾਤਰਾ ਜੀ, ਦ ਪਰਸਨ ਬਿਹਾਈਂਡ ਅਨਮੋਲ ਕਵਾਤਰਾ, ਆ ਜਾਓ। ਮੇਰਾ ਨਾਮ, ਮੇਰਾ ਸਭ ਕੁਛ, ਆ ਜਾਓ ਭਾਜੀ, ਤੁਹਾਡਾ ਵੀ ਬਰਥਡੇ ਆ, ਆ ਜਾਓ ਆ ਜਾਓ। ਮੇਰੇ ਫਾਦਰ ਸਾਹਿਬ ਦਾ ਅੱਜ ਬਰਥਡੇ ਸੀਗਾ ਅਤੇ ਮੈਨੂੰ ਲੱਗਿਆ ਨਹੀਂ ਕਿ ਇਸ ਤੋਂ ਵਧੀਆ ਤਰੀਕਾ ਕੋਈ ਹੋਰ ਸੈਲੀਬ੍ਰੇਟ ਕਰਨ ਦਾ ਹੋ ਸਕਦਾ। ਵੀਰੇ ਗਿਫਟ ਲਿਆਓ ਸਾਰੇ ਬਾਹਰ ਇੱਥੇ, ਅਤੇ ਕਿਉਂਕਿ ਕਹਿੰਦੇ ਆ ਨਾ ਕਿ ਚੈਰਿਟੀ ਬਿਗਿੰਸ ਫਰੋਮ ਹੋਮ। ਆ ਜਾਓ ਬੇਟਾ, ਆ ਜਾਓ, ਤੁਸੀਂ ਵੀ ਆ ਜਾਓ ਭੈਣੇ, ਆ ਜਾਓ ਨਾਲੇ, ਆ ਜਾਓ ਭੈਣੇ, ਆ ਜਾਓ। ਕਹਿੰਦੇ ਚੈਰਿਟੀ ਬਿਗਿੰਸ ਫਰੋਮ ਹੋਮ, ਅਤੇ ਹਮੇਸ਼ਾ ਜਿੱਦਾਂ ਆਪਾਂ ਕਹਿੰਦੇ ਹੀ ਹੁੰਦੇ ਹਾਂ ਕਿ ਪਾਪਾ ਜਿਹੜੇ ਘਰੋਂ ਹੀ ਚੈਰਿਟੀ ਸ਼ੁਰੂ ਹੁੰਦੀ ਆ, ਅਤੇ ਚੈਰਿਟੀ ਇੱਥੋਂ ਹੀ ਸ਼ੁਰੂ ਹੁੰਦੀ ਹੈ ਜੀ। ਜਿਵੇਂ ਉਹ ਭਰਾ ਸਾਡੇ ਦੇਖੋ ਸਾਰੇ ਆਏ ਹੋਏ ਨੇ ਅੱਜ, ਛੋਟੇ ਛੋਟੇ ਬੱਚੇ। ਕੇਕ ਕਾਟਾ ਕਭੀ ਆਪਣੇ? ਕਿਆ ਨਾਮ ਹੈ ਆਪਕਾ? ਅਮਨ। ਕੌਨ ਸੇ ਸਕੂਲ ਮੇ ਪੜ੍ਹਤੇ ਹੋ ਆਪ? ਕੇਕ ਕਾਟਾ ਕਭੀ ਆਪਣੇ? ਆ ਜਾਓ, ਆਪਣੇ ਕਾਟਾ ਕਭੀ ਕੇਕ? ਹੁਣ ਇਹ ਗੱਲਾਂ ਲੋਕਾਂ ਨੂੰ ਲੱਗਣੀਆਂ ਕਿ ਸ਼ਾਇਦ ਇਹ ਗੱਲਾਂ ਉਹ ਨੇ, ਫਿਲਮ ਨਹੀਂ ਹੈ ਇਹ, ਲਾਈਵ ਵੀਡੀਓ ਹੈ, ਇਹ ਫਿਲਮ ਨਹੀਂ ਹੈ। ਉਹ ਬੰਦਾ ਲਾਈਵ 'ਚ ਕਹਿ ਰਿਹਾ ਕਿ ਮੈਂ ਕਦੀ ਕੇਕ ਨਹੀਂ ਕੱਟਿਆ, ਔਰ ਸਾਡੇ ਵਾਲਾ ਦੇਖਿਆ ਟਿੰਗਰਾ ਹੋਣੀ 20 ਹਜ਼ਾਰ ਦੀ ਬੋਤਲ ਲਾ ਕੇ ਵੀ ਕਹਿੰਦਾ ਵੀ ਉਹਨਾਂ ਕੋਲ ਗਾਲਾਂ ਖਾ ਰਿਹਾ ਸੀ। ਤਾਂ ਅੱਜ ਛੋਟਾ ਜਿਹਾ ਇਹ ਜਿਹੜਾ ਸਾਡੀ ਫੈਮਿਲੀ ਵੱਲੋਂ, ਕਵਾਤਰਾ ਫੈਮਿਲੀ ਵੱਲੋਂ, ਅਤੇ ਮੈਂ ਬਹੁਤ ਥੈਂਕਫੁਲ। ਆਪਕਾ ਨਾਮ ਕਿਆ ਬੇਟਾ? ਹਾਂ, ਅਸਲੀ ਨਾਮ? ਨਕਲੀ ਨਾਮ ਕਿਆ? ਹਿਮਾਂਸ਼ੂ। ਔਰ ਅਸਲੀ ਨਾਮ? ਹੇਮੰਤ। ਅਸਲੀ ਨਾਮ ਹੇਮੰਤ ਹੈ, ਨਕਲੀ ਨਾਮ ਹਿਮਾਂਸ਼ੂ। ਆਪਕਾ ਨਾਮ ਕਿਆ ਬੇਟਾ? ਇਨਕੋ ਕਿਆ ਹੁਆ? ਹੈਲੋ ਹੈਲੋ ਬੇਟਾ, ਆ ਜਾਓ ਆ ਜਾਓ ਆ ਜਾਓ। ਕਿਆ ਨਾਮ ਹੈ ਆਪਕਾ? ਹੈਲੋ, ਆਪ ਬਾਹਨ ਹੈ ਆਪਕੀ? ਕਿਸਕੇ ਸਾਥ? ਆਂਟੀ ਕੇ ਸਾਥ ਲੈ ਕੇ ਆਓ, ਕਿਸ ਆਂਟੀ ਕੇ ਸਾਥ ਹੈ ਬੇਟਾ? ਕਿਆ ਨਾਮ ਹੈ ਆਪਕਾ? ਕਿਆ ਨਾਮ ਹੈ ਆਪਕਾ? ਕਿਆ ਨਾਮ ਹੈ? ਕਿਆ ਨਾਮ ਹੈ ਆਪਕਾ? ਸਤਿ ਸ਼੍ਰੀ ਅਕਾਲ ਭੈਣੇ। ਓਹੋ, ਕੀ ਹੋਇਆ ਇਹਨੂੰ? ਕਦੋਂ? 4 ਸਾਲ ਹੋ ਗਏ। ਵਾਹਿਗੁਰੂ। ਤੇ ਫਾਦਰ ਇਹਦੇ? ਉਹ ਆਏ ਨਹੀਂ ਹੈਗੇ। ਅੱਛਾ, ਕੀ ਅੱਜ ਕੀ ਇੱਥੇ ਹੈਲਪ ਲੈਣ ਆਏ ਹੋ? ਕੀ ਹੈਲਪ ਲੈਣ ਆਏ ਹੋ? ਸਰ, ਇਹਨਾਂ ਦਾ ਆਪਰੇਸ਼ਨ ਕਰਵਾਉਣਾ ਚਾਹੁੰਦੇ ਸੀ ਅਸੀਂ। ਆਪਰੇਸ਼ਨ ਪਤਾ ਕੀਤਾ ਕਿਤੋਂ? ਹਾਂਜੀ ਸਰ, ਰਾਮਚਾਰੀ। ਕਿੰਨੇ ਦਾ? ਸੋਰੀ ਸਰ, ਚੰਡੀਗੜ੍ਹ। ਕਿੰਨੇ ਦਾ ਆਪਰੇਸ਼ਨ? 50,000 ਰੁਪਏ ਦਾ ਖਰਚਾ। ਪੀਜੀਆਈ ਤੋਂ? ਕਦੋਂ ਤੋਂ ਨਹੀਂ ਕਰਾ ਰਹੇ? ਸਰ, 4 ਸਾਲ 5 ਸਾਲ ਹੋ ਗਏ। ਟਿੰਗਰੇ, ਜੇ ਦਾਰੂ ਦੀ ਬੋਤਲ ਨਾ ਖਰਚੀ ਹੁੰਦੀ 20,000 ਰੁਪਏ ਦੀ ਉੱਥੇ, ਤਾਂ ਬੱਚੇ ਦਾ 50,000 ਦਾ ਆਪਰੇਸ਼ਨ ਹੋ ਜਾਣਾ ਸੀ, 30,000 ਘਟਣਾ ਸੀ ਬਸ। 4 ਸਾਲ ਤੋਂ ਆਪਰੇਸ਼ਨ ਨਹੀਂ ਕਰਾ ਪਾ ਰਹੇ, ਬੱਚੀ ਬੋਲ ਨਹੀਂ ਸਕਦੀ, ਅਤੇ ਆਪਰੇਸ਼ਨ ਬਾਅਦ ਬੋਲ ਸਕਦੀ ਹੈ? ਹਾਂਜੀ ਸਰ, ਕਹਿੰਦੇ ਡਾਕਟਰ, ਕਹਿੰਦੇ ਟਰਾਈ ਕਰ ਸਕਦੇ। ਅਤੇ ਇਹਦਾ ਬਰਥਡੇ ਕਦੋਂ ਆਉਂਦਾ? ਸਰ, 10 ਤਰੀਕ ਨੂੰ। 10 ਤਰੀਕ ਆਉਣ ਵਾਲੀ? ਸਮਝਦੀ ਕਿੱਦਾਂ ਫਿਰ? ਸੁਣਦੀ, ਸੁਣ ਤਾਂ ਲੈਂਦੀ ਹੈ? ਹਾਂਜੀ ਸਰ, ਇਸ਼ਾਰਾ ਕਰਨਾ ਪੈਂਦਾ ਮੈਂਟਲੀ, ਇਹਦਾ ਦਿਮਾਗ ਵੀ ਘੱਟ ਕੰਮ ਕਰਦਾ। ਇਹਨੂੰ ਬਰਥਡੇ ਦਾ ਪਤਾ ਆਪਣੇ? ਕੇਕ ਕੱਟੇ ਕਦੀ ਇਹਨੇ? ਹਾਂਜੀ। ਕੇਕ ਕੱਟਦੀ ਹੈ? ਹੱਥ ਫੜ ਕੇ ਕਰਾਉਣਾ ਪੈਂਦਾ, ਖਵਾਨੀ ਵੀ ਮੈਂ ਖੁਦ ਦਾ ਫੂਲ ਲੈਟਨ ਬਾਥਰੂਮ ਵੀ ਨਹੀਂ ਕਰਵਾਉਂਦੀ। ਵਾਹਿਗੁਰੂ ਵਾਹਿਗੁਰੂ, ਕਿਸਮਤ ਵਾਲਿਓ, ਪਰਮਾਤਮਾ ਨੇ ਘਰ ਹੀ ਜਨਮ ਲੈ ਲਿਆ ਸੇਵਾ ਕਰਨ ਲਈ। ਲੋਕੀ ਜਾਂਦੇ ਨੇ ਰੱਬ ਨੂੰ ਮਿਲਣ, ਤੁਹਾਨੂੰ ਰੱਬ ਘਰ ਹੀ ਆ ਗਿਆ, ਇਹਦੀ ਸੇਵਾ 'ਚ ਕੋਈ ਕਮੀ ਨਹੀਂ ਆਉਣੀ ਚਾਹੀਦੀ। ਆਪਰੇਸ਼ਨ ਦੀ ਡੇਟ ਕਦੋਂ ਦੀ ਹੈ? ਸਰ, ਜਦੋਂ ਪੈਸੇ ਹੋਣਗੇ ਤਾਂ, ਜਦੋਂ ਮਰਜ਼ੀ ਆ ਜਾਓ। ਪੈਸੇ ਆ ਗਏ, ਆਪਰੇਸ਼ਨ ਦੀ ਡੇਟ ਲਓ, ਠੀਕ ਹੈ? ਆ ਜਾਓ, ਕੇਕ ਕੱਟੀ ਆਪਾਂ ਹੁਣ, ਠੀਕ ਹੈ? ਆ ਜਾਓ ਆ ਜਾਓ, ਆਪਾਂ ਸਾਰੇ ਕੱਟਦੇ ਹਾਂ ਕੇਕ ਇੱਕ ਵਾਰੀ, ਠੀਕ ਹੈ? ਲਓ ਜੀ, ਕੱਟੋ ਜੀ, ਆ ਜਾਓ ਆਪਾਂ, ਆ ਜਾਓ ਇਹਦੇ ਨਾਲ ਕੱਟੋ, ਲਓ ਜੀ ਕੱਟੋ, ਆ ਜਾਓ ਬੇਟਾ, ਆ ਜਾਓ, ਲੈ ਬੇਟਾ, ਕੱਟ ਕੱਟ ਕੱਟ, ਆ ਲਓ, ਆ ਫੜੋ ਬੇਟਾ, ਤੁਸੀਂ ਕਟਾਓਗੇ ਤਾਂ ਨਹੀਂ ਕੱਟਿਆ ਜਾਣਾ। ਕੱਟੋ ਬੇਟਾ। ਹੈਪੀ ਬਰਥਡੇ ਟੂ ਯੂ, ਇਹ ਲਓ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ। ਸਪੂਨ ਦਿਓ, ਸਪੂਨ, ਆ ਜਾਓ ਬੇਟਾ, ਸਾਰੇ ਕੱਟ ਲਓ, ਜਿਸ ਨੇ ਕੇਕ ਨਹੀਂ ਕੱਟਾ ਨਾ ਕਭੀ, ਆਪਣੇ ਕੱਟਾ ਕੇਕ ਕਭੀ, ਆ ਜਾਓ ਆ ਜਾਓ, ਜਿਸ ਨੇ ਕੇਕ ਨਹੀਂ ਕੱਟਾ, ਕੱਟ, ਜਿਸ ਨੇ ਇੱਕ ਇੱਕ ਲਾਈਨ ਬਣਾ ਕੇ ਕੇਕ ਕੱਟੋ, ਫਿਰ ਆਪਣਾ, ਫਿਰ ਆਪਕੋ ਗਿਫਟ ਦੇ, ਫਿਰ ਆਪ ਜਾਓ, ਇਹ ਲਓ, ਬੈਠੋ ਜੀ, ਕੱਟੋ ਜੀ, ਲਓ ਜੀ ਬਾਬਾ,
ਹਰ ਜਨਮ ਦੇ ਵਿੱਚ ਤੁਸੀਂ ਹੀ ਫਾਦਰ ਬਣ ਕੇ ਆਓ ਮੇਰੇ, ਇਹੀ ਦੁਆ। ਕੱਟੋ ਬੇਟਾ ਸਾਰੇ ਕਿੱਕ ਕਰਕੇ ਕੱਟ ਲਓ, ਕੱਟ ਲਓ, ਕੱਟ ਲਓ, ਕੱਟ ਲਓ। ਥੈਂਕ ਯੂ ਜੀ। ਸਾਡੇ ਭਾਜੀ ਦਾ ਵੀ ਬਰਥਡੇ ਅੱਜ, ਆਜੋ ਭਾਜੀ, ਸਾਡੇ ਨੀਟੂ ਭਾਜੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ। ਕੱਟੋ ਜੀ, ਭਾਜੀ ਹੈਪੀ ਬਰਥਡੇ ਜੀ। ਆ ਜਿਹੜੇ ਸੋਹਣੇ ਸੋਹਣੇ ਕੇਕ ਦੇਖ ਰਹੇ ਹੋ ਤੁਸੀਂ ਭਾਜੀ ਦੇ, ਜਿਹੜੀ ਉਹ ਹੈ, ਹੈਪੀ ਬਰਥਡੇ ਜੀ। ਔਰ ਕਿਸੇ ਨੇ ਕੱਟਣਾ ਕੇਕ? ਆਜੋ ਬੇਟਾ, ਦੇਖੋ ਕੇਕ ਕੱਟਣ ਦੀ ਵੀ ਕਿੰਨਾ ਚਾਅ ਯਾਰ ਉਹਨਾਂ ਨੂੰ। ਅਸੀਂ ਕਿੱਥੇ ਘੁੰਮਦੇ ਰਹਿੰਦੇ ਹਾਂ ਯਾਰ, ਔਰ ਜਦੋਂ ਮੇਰੇ ਵਰਗਾ ਬੰਦਾ ਵੀਡੀਓ 'ਚ ਪਾਉਂਦਾ ਫਿਰ ਕਹਿੰਦੇ ਯਾਰ ਅਸੀਂ ਵੀ ਬਹੁਤ ਕਰੀਦਾ ਪਰ ਤੇਰੇ ਵਾਂਗੂ ਦਿਖਾਈਦਾ ਨਹੀਂ। ਯਾਰ ਦਿਖਾ ਕੇ ਕਰ ਲਿਆ ਕਰੋ ਘੱਟੋ ਘੱਟ, ਉਹ ਤਾਂ ਹੋ ਸਕਦਾ। ਬੇਟਾ ਕੱਟ ਲਓ, ਕਿਸੇ ਔਰ ਨੇ ਕੇਕ ਕੱਟਣਾ ਕੱਟੋ, ਫਿਰ ਆਪਣੀ ਆਪਣੀ ਜਗ੍ਹਾ 'ਤੇ ਬੈਠੋ, ਫਿਰ ਆਪਕੋ ਗਿਫਟ ਦੇ, ਬੈਠੋ ਪਿੱਛੇ ਹੋ ਕੇ ਕੱਟ ਲਓ। ਕੱਢ ਲਿਆ, ਹੈਪੀ ਬਰਥਡੇ ਜੀ। ਲਓ ਬੇਟਾ ਲਓ, ਸਾਰੇ ਕੱਟੋ ਇੱਕ ਇੱਕ ਵਾਰ ਕੇਕ, ਔਰ ਆਪਣੀ ਆਪਣੀ ਜਗ੍ਹਾ 'ਤੇ ਬੈਠੋ ਸਾਰੇ ਜਾ ਕੇ ਕੁਰਸੀਆਂ 'ਤੇ, ਫਿਰ ਆਪਕੋ ਗਿਫਟ ਦੇ। ਮੇਰੇ ਪਾਪਾ ਦੇ ਵੀ ਦੋਸਤ ਆਏ ਨੇ ਸਾਡੇ ਸ਼ਿਵਪੁਰੀ ਦੀ ਸ਼ਾਨ, ਪਾਪਾ ਲਈ ਕੇਕ ਲੈ ਕੇ ਆਏ ਨੇ, ਅਤੇ ਬੜੀ ਖੁਸ਼ੀ ਹੋਈ। ਪਾਪਾ ਨੇ ਦੱਸਿਆ ਦੁਪਹਿਰੇ ਕਿ ਮੇਰੇ ਦੋਸਤਾਂ ਨੇ ਵੀ ਕੇਕ ਕੱਟਣਾ। ਮੈਂ ਕਿਹਾ ਸ਼ਾਮ ਨੂੰ 7 ਵਜੇ ਹੋਸਪਿਟਲ ਦੇ ਬਾਹਰ ਬਾਬਾ ਦੀਪ ਸਿੰਘ ਗੁਰਦੁਆਰੇ ਦੇ ਕੋਲ ਅਸੀਂ ਬੈਠਦੇ ਹਾਂ, ਅਤੇ ਬਾਈ ਜੀ ਆਏ ਨੇ। ਅੱਜ ਮੇਰੇ ਲਈ ਤਾਂ ਬਹੁਤ ਖੁਸ਼ੀ ਦਾ ਦਿਨ ਹੈ ਕਿ ਅੱਜ ਸਾਡੇ ਭਰਾ ਦੇ ਬਰਥਡੇ 'ਤੇ ਅੱਜ ਪਹਿਲੀ ਵਾਰ ਅਨਮੋਲ ਭਾਅ ਜੀ ਨੂੰ ਮਿਲਿਆ। ਥੈਂਕ ਯੂ ਜੀ, ਥੈਂਕ ਯੂ। ਦਿਲ 'ਚ ਬੜੀ ਵਾਰ ਚਾਹ ਸੀ, ਮੇਰੇ 'ਤੇ ਆਸਾਨ ਵੀ ਬਹੁਤ ਨੇ, ਪਰ ਅੱਜ ਸਮਾਂ ਨਹੀਂ ਹੈ ਮੈਂ ਇਸ ਗੱਲ ਕਹੂੰਗਾ। ਮੈਂ ਫਿਰ ਵੀ ਭਰਾ ਦਾ ਦਿਲੋਂ ਥੈਂਕਸ ਕਰਦਾ, ਪਹਿਲੀ ਵਾਰ ਜ਼ਿੰਦਗੀ 'ਚ ਮਿਲਣ ਦਾ ਮੌਕਾ ਮਿਲਿਆ। ਥੈਂਕ ਯੂ ਜੀ, ਥੈਂਕ ਯੂ, ਬਹੁਤ ਵਧੀਆ ਲੱਗਿਆ। ਥੈਂਕ ਯੂ ਜੀ। ਔਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਪਰ ਸਾਡੀਆਂ ਸਰਕਾਰਾਂ ਜਿਹੜੀਆਂ ਨਾ, ਇੰਨੀਆਂ ਨਕੰਮੀਆਂ ਸਰਕਾਰਾਂ ਨਹੀਂ ਹੋਣੀਆਂ ਚਾਹੀਦੀਆਂ। ਜਿਹੜੀ ਅੱਜ ਮੈਂ ਇੱਥੇ ਮਾਹੌਲ ਦੇਖਦਾ ਪਿਆ, ਇਹ ਸਾਡੀਆਂ ਪੰਜਾਬ ਦੀਆਂ ਸਰਕਾਰਾਂ ਨੂੰ ਕਰਨਾ ਚਾਹੀਦਾ, ਪਰ ਸਾਡਾ ਵੀਰ ਜਿਹੜਾ, ਥੈਂਕ ਯੂ ਜੀ, ਜਿਹਨੂੰ ਬਹੁਤ ਅਨਮੋਲ ਅਸੀਂ ਕਹਿ ਸਕਦੇ ਹਾਂ, ਲੁਧਿਆਣੇ ਦਾ ਅਨਮੋਲ ਰਤਨ, ਸਾਡੀ ਐਨ ਜੀ ਓ ਜਿਹੜੀ ਚਲਾ ਰਹੇ ਨੇ ਅਨਮੋਲ ਭਾਜੀ, ਡੂ ਨਾਟ ਅਸੈਪਟ ਮਨੀ, ਅਤੇ ਇਹਦਾ ਦੇਣ ਪੂਰੇ ਵਰਲਡ 'ਚ ਨਹੀਂ ਦੇ ਸਕਦੇ, ਜਿਹੜੀ ਇਹ ਸੇਵਾ ਨਿਭਾ ਰਹੇ ਹੈ, ਜਿਹੜੀਆਂ ਸੇਵਾਵਾਂ ਪੰਜਾਬ ਸਰਕਾਰ ਨੂੰ ਨਿਭਾਉਣੀਆਂ ਚਾਹੀਦੀਆਂ, ਅੱਜ ਉਹਦਾ ਬੇੜਾ ਇਹਨਾਂ ਨੇ ਚੱਕਿਆ ਹੋਇਆ। ਥੈਂਕ ਯੂ, ਇੰਨਾ ਕਹਿੰਦਾ ਹੈ, ਧੰਨਵਾਦ। ਪਾਪਾ ਨੂੰ ਮੈਂ ਬੋਲਣ ਲਈ ਕੁਛ ਕਹਾਂਗਾ ਨਹੀਂ, ਪਰ ਹਾਂ ਮੈਂ ਬਸ ਇਹੀ ਕਿਹਾ ਪਾਪਾ ਨੂੰ ਕਿ ਹਰ ਜਨਮ ਦੇ ਵਿੱਚ ਮੈਨੂੰ ਇਹੀ ਫਾਦਰ ਚਾਹੀਦਾ, ਜਦੋਂ ਤੱਕ ਦੁਨੀਆ ਚਾਹੀਏ ਭਾਵੇਂ ਕਿਸੇ ਵੀ ਜੂਨੀ ਚਾਹੀਏ, ਅਤੇ ਹਮੇਸ਼ਾ ਇਹੀ ਪਾਪਾ ਚਾਹੀਦੇ ਨੇ, ਜਿਨ੍ਹਾਂ ਨੇ ਹਮੇਸ਼ਾ ਮੈਨੂੰ ਪੁੱਛਦੇ ਨੇ ਲੋਕ ਕਿਵੇਂ ਤੁਰਦੇ ਹੋ, ਕਿੱਦਾਂ ਘਰ ਤੁਹਾਡਾ ਚੱਲਦਾ ਹੈ, ਪਾਪਾ ਕੁਛ ਨਹੀਂ ਕਹਿੰਦੇ, ਤਾਂ ਕੁਛ ਵੀ ਨਹੀਂ ਕਹਿੰਦੇ, ਹਮੇਸ਼ਾ ਇਹੀ ਕਿਹਾ ਕਿ ਉਹਨਾਂ ਨੇ ਸੇਵਾ ਕਰਦੇ ਰਹੇ, ਅਤੇ ਅੱਜ ਵੀ ਬਰਥਡੇ 'ਤੇ ਉਹਨਾਂ ਨੇ ਕਿਹਾ ਕਿ ਬੇਟਾ ਮੇਰੀ ਸੇਵਾ ਲਵਾ ਦੀ ਜਿੰਨੇ ਕੁ ਪੇਸ਼ੈਂਟ ਹੋਏ, ਅਤੇ ਮੈਂ ਬਹੁਤ ਬਲੈਸਡ ਹਾਂ ਤਾਂ ਪਾਪਾ ਨੂੰ ਲੈ ਕੇ ਕਿ ਚਲੋ ਇੱਕ ਦਿਨ ਨਹੀਂ 365 ਦਿਨ ਸਾਲ ਦੇ ਨਾਲ ਸੇਵਾ ਲਈ ਤੁਰਿਆ ਹੋਇਆ, ਅਤੇ ਇੱਦਾਂ ਹੀ ਲੰਬੀਆਂ ਉਮਰਾਂ ਕਰਨ, ਹਮੇਸ਼ਾ ਤੰਦਰੁਸਤ ਰਹਿਣ। ਪਾਪਾ ਬੈਠੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਅਤੇ ਬੈਠੋ, ਅਤੇ ਦਿਓ ਵੀਰੇ ਸਮਾਨ ਸਾਰਾ, ਪੇਸਟੀਆਂ ਪੁਸ਼ਟੀਆਂ ਦਿਓ ਬੱਚਿਆਂ ਨੂੰ ਕਿ ਕਰਕੇ ਫੜ ਦਿਓ, ਅਤੇ ਪੇਸ਼ੈਂਟ ਅੱਜ ਆਏ ਹੋਏ ਸੀਗੇ, ਅਤੇ ਬੜੀ ਖੁਸ਼ੀ ਹੋਈ। ਵੀਰੇ ਕਰੋ ਤੁਸੀਂ ਸ਼ੁਰੂ ਕਰੋ, ਸਚਿਨ ਭਾਜੀ। ਅੱਛਾ ਕਰ, ਕਿਆ ਬਾਤ ਹੈ, ਮੈਂ ਸੋਚੀ ਜਾਂਦਾ ਸੀਗਾ ਕਿ ਮੇਰੇ ਇੰਸੀਡੈਂਟ ਕਰਕੇ ਟੀਮ 'ਚ ਨਾ ਕੁਛ ਹੋਵੇ। ਚੱਲ ਰਿਹਾ ਕੀ ਹੋਇਆ? ਅੱਛਾ ਪੇਸ਼ੈਂਟਸ ਆਉਂਦੇ ਨੇ, ਜਿੱਦਾਂ ਸਚਿਨ ਭਾਜੀ ਦੇਖ ਰਹੇ ਨੇ, ਪ੍ਰਿਊ ਵੀਰਾ, ਸਾਰੀ ਟੀਮ। ਧੰਨਵਾਦ ਮਾਤਾ ਜੀ, ਧੰਨਵਾਦ। ਕੋਈ ਗੱਲ ਨਹੀਂ, ਬੈਠੋ ਬੈਠੋ, ਕਰਾਉਂਦੇ, ਬੈਠੋ ਮਾਤਾ ਜੀ, ਬੈਠੋ 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 ਬੈਠੋ। ਅਤੇ ਹਜ਼ੂਰ ਜੀ ਤੁਸੀਂ ਇੱਕ ਇੱਕ ਨਾ, ਇੱਧਰ ਸੂਟ ਹੈਗਾ ਇਹਨਾਂ 'ਚ, ਉੱਪਰ ਵਾਲੇ 'ਚ ਸੂਟ ਹੈ, ਨੀਚੇ ਵਾਲਾ 'ਚ ਸ਼ਰਟ ਹੈ, ਅਤੇ ਇੱਕ ਇੱਕ ਜਿਹੜੇ ਜਿਹੜੇ ਪੇਸ਼ੈਂਟ ਆਏ ਹੋਏ ਨੇ ਸਾਰਿਆਂ ਨੂੰ ਇੱਕ ਇੱਕ ਸੂਟ, ਇੱਕ ਇੱਕ ਸ਼ਰਟ ਪਾਪਾ ਦੇ ਹੱਥੋਂ ਦਵਾ ਦਿਓ, ਮਤਲਬ ਲੇਡੀਜ਼ ਨੂੰ ਸੂਟ ਦੇ ਦਿਓ ਅਤੇ ਜੈਂਟਸ ਨੂੰ ਇੱਕ ਸ਼ਰਟ ਦੇ ਦਿਓ, ਜਾਓ ਪਾਪਾ ਨੂੰ ਲੈ ਜਾਓ ਨਾਲ, ਪਾਪਾ ਦੇ ਹੱਥੋਂ ਦਵਾ ਦਿਓ। ਬਸ ਆਹੀ ਛੋਟੀ ਛੋਟੀ ਖੁਸ਼ੀਆਂ ਜੀ, ਅਤੇ ਮੈਂ ਵੀਡੀਓ ਰਾਹੀਂ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਵੀ ਕਦੀ ਇੱਦਾਂ ਦੀ ਖੁਸ਼ੀਆਂ ਮਨਾ ਕੇ ਦੇਖੋ, ਜਿਵੇਂ ਉਹ ਛੋਟੀ ਜਿਹੀ ਬੱਚੀ ਆਪਾਂ ਸੁਣੀ ਕਿ 50,000 ਰੁਪਏ ਕਰਕੇ ਓਪਰੇਸ਼ਨ ਨਹੀਂ ਹੋ ਰਿਹਾ, ਮੈਂ ਇਹਨਾਂ ਨੂੰ ਵੀਡੀਓ 'ਚ ਹੀ ਵਾਅਦਾ ਕਰਤਾ ਕਿ ਇਹਨਾਂ ਦਾ ਓਪਰੇਸ਼ਨ, ਜੇ ਤੁਸੀਂ ਕੱਲ੍ਹ ਵੀ ਡੇਟ ਲਿਆਓਗੇ ਮੈਂ ਕੱਲ੍ਹ ਵੀ ਪੈਸੇ ਦੇ ਦੂੰਗਾ, ਠੀਕ ਹੈ? ਇਹਦੀ ਓਪਰੇਸ਼ਨ ਕਰਾਓ, ਪੀ ਜੀ ਆਈ ਵਾਲੇ ਕੱਲ੍ਹ ਪੀ ਜੀ ਆਈ ਚਲ ਜਾਓ,
ਮੈਂ ਤੁਹਾਨੂੰ ਨੰਬਰ ਦੇ ਦਿੰਦਾ ਆਪਣਾ, ਉਹਨਾਂ ਨੂੰ ਕਹੋ ਪੈਸਿਆਂ ਦਾ ਇੰਤਜ਼ਾਮ ਹੋ ਗਿਆ ਅਤੇ ਓਪਰੇਸ਼ਨ ਦੀ ਡੇਟ ਲੈ ਲਓ, ਅਤੇ ਜੇ ਕੱਲ੍ਹ ਦੀ ਡੇਟ ਦਿੰਦੇ ਹੋ ਤਾਂ ਕੱਲ੍ਹ ਹੀ ਐਡਮਿਟ ਹੋ ਜਾਓ, ਮੈਂ ਕੱਲ੍ਹ ਹੀ 50 ਰੁਪਏ ਜਵਾ ਦੂੰਗਾ, ਜੇ ਪਰਸੋਂ ਦੀ ਦਿੰਦੇ ਹੋ ਪਰਸੋਂ ਲੈ ਲਈਓ, ਮਤਲਬ ਇਹਦਾ ਓਪਰੇਸ਼ਨ ਹੋਣਾ ਚਾਹੀਦਾ ਹੁਣ, ਠੀਕ ਹੈ ਠੀਕ ਹੈ ਬੇਟਾ, ਸਮਾਈਲ ਕਰੋ, ਇਹਦਾ ਮੁੱਲ ਹੈ ਕੋਈ? ਤੁਸੀਂ ਇਹਦਾ ਪ੍ਰੋਪਰ ਟ੍ਰੀਟਮੈਂਟ ਕਰਾਓ, ਪੈਸਿਆਂ ਕਰਕੇ ਟ੍ਰੀਟਮੈਂਟ ਨਹੀਂ ਰੁਕਣਾ ਚਾਹੀਦਾ ਇਹਦਾ, ਠੀਕ ਹੈ? ਜਿੰਨਾ ਵੀ ਖਰਚਾ ਹੋਇਆ ਸਾਰੇ ਅਸੀਂ ਕਰਾਂਗੇ, ਗੋਡ ਬਲੈਸ ਯੂ, ਬੈਠੋ ਜੀ ਬੈਠੋ, ਮੈਂ ਸਮਝਾਉਂਦਾ ਤੁਹਾਡਾ, ਤੁਹਾਡਾ ਕੀ ਭੈਣੇ ਨਾਲ ਹੀ ਹੋ? ਅੱਛਾ ਤੁਸੀਂ ਨਾਲ, ਅਲੱਗ ਪ੍ਰੋਬਲਮ, ਅੱਛਾ ਓਪਰੇਸ਼ਨ ਕਰਾਉਣਾ ਤੁਸੀਂ? ਬੈਠੋ ਬੈਠੋ ਬੈਠੋ, ਇਹ ਆਂਟੀ ਜੀ ਦਾ, ਹਾਂਜੀ ਮਾਤਾ ਜੀ ਤੁਹਾਡਾ ਕੀ ਜੀ? ਕੀ ਹੋਇਆ? ਅੱਛਾ ਅੱਛਾ ਕਰਦੇ ਹਾਂ ਡਿਸਕਸ, ਅਜੀਤ ਭਾਈ ਹੈ ਹਮਾਰਾ, ਤੁਹਾਡਾ ਕੀ ਜੀ? 2 ਮਹੀਨੇ ਕੀ ਲੜਕੀ ਹੈ, ਅੱਛਾ ਕਹਾਂ ਐਡਮਿਟ ਹੈ? ਅੱਛਾ ਕਿੰਨਾ ਪੈਸਾ ਲੱਗ ਗਿਆ? ਅਭੀ ਹੋਰ ਕਿੰਨਾ ਪੈਸਾ ਮੰਗ ਰਹੇ ਹੈ? ਕਰਤੇ ਕਰਤੇ ਬਾਤ ਕਰ, ਤੁਸੀਂ ਭੈਣੇ ਕੀ ਤੁਹਾਡਾ? ਕਿਹੜੀ ਬੇਟੀ ਤੁਹਾਡੀ? ਇਹ ਵਾਲੀ ਅਮਨੇ, ਕੀ ਹੋਇਆ ਤੈਨੂੰ, ਕਾਹਦਾ ਅਪਰੇਟ ਹੋਣਾ ਇਹਦਾ? ਪੀਤੇ 'ਚ ਪੱਥਰੀ ਆ, ਕਿਸੇ ਕੋਲ ਡਾਕਟਰ ਕੋਲ ਚੈੱਕ ਕਰਾਇਆ? ਕਿੰਨੇ ਪੈਸੇ ਮੰਗਦੇ ਹੋ? ਆਹ ਫੜੋ, ਦਿਓ ਜੀ ਦਿਓ, ਅਤੇ ਬਸ ਜੀ ਇਹਨਾਂ ਨੂੰ ਹੋਰ ਔਰ ਬੇਟਾ ਕਿਸੇ ਨੇ ਕੇਕ ਖਾਣਾ ਖਾ ਲਓ, ਕੇਕ ਖਾਓਗੇ? ਕਿਆ ਚਾਹੀਏ? ਦੇਤੇ ਸਭ ਕੁਛ ਦੇਤੇ ਆਪਕੋ, ਪਹਿਲੇ ਕੇਕ ਖਤਮ ਕਰੋ ਸਾਰੇ, ਔਰ ਇਸਕੋ ਡਸਟਬਿਨ ਮੈਂ ਡਾਲਣਾ ਜਾ ਕੇ, ਠੀਕ? ਸਕੂਲ ਪੜ੍ਹਤੇ ਹੋ ਨਾ ਸਾਰੇ? ਕੋਈ ਬੱਚਾ ਐਸਾ ਤੁਹਾਨੂੰ ਸਕੂਲ ਨਹੀਂ ਜਾਂਦਾ? ਸਕੂਲ ਨਹੀਂ ਜਾ, ਸਕੂਲ ਜਾਣਾ ਬੇਟਾ, ਕਿਉਂ ਨਹੀਂ ਜਾਂਦੇ ਸਕੂਲ? ਕੰਮ ਪੇ ਕਿਉਂ ਲੱਗੇਗਾ, ਕਿਆ ਕਰੇਗਾ ਸਕੂਲ? ਪੜ੍ਹਾਈ ਲਿਖਾਈ ਕਰਕੇ ਬੜਾ ਬਾਹੂ ਬਣਨਾ, ਬੜੀ ਗਾੜੀ ਵਾਲਾ ਮਾਲਿਕ ਬਣਨਾ, ਮਾਲਿਕ ਕੈਸੇ ਬਣੋਗੇ? ਹੈਂ, ਉਮਰ ਹਲੇ ਮੇਰੇ ਸੇ ਤੋ ਬੜਾ ਲੱਗ ਰਿਹਾ, ਕਿੰਨੇ ਸਾਲ ਕਹਿ ਤੂੰ? 11 ਕਾ, ਮੈਂ 9 ਸਾਲ ਕਾ ਹੂੰ, ਹਾਈਟ ਲੰਬੀ ਹੋ ਗਈ ਥੋੜੀ ਸੀ ਮੇਰੀ, ਹੈ ਕਿ ਨਹੀਂ? ਪਾਪਾ ਕਿਆ ਕਰਤੇ ਹੈਂ ਤੁਮਾਰੇ? ਵੇਟਰ ਕਰਤੇ ਹੈਂ, ਤੋ ਤੂਨੇ ਮਾਲਿਕ ਨਹੀਂ ਬਣਨਾ ਫਿਰ ਰੈਸਟੋਰੈਂਟ ਕਾ, ਹੋਟਲ ਕਾ ਮਾਲਿਕ ਨਹੀਂ ਬਣੇਗਾ? ਬਣੇਗਾ, ਫਿਰ ਕੈਸੇ ਬਣੇਗਾ ਅਗਰ ਪੜ੍ਹਾਈ ਨਹੀਂ ਕਰੇਗਾ? ਅਬ ਬੜੇ ਬੜੇ ਹੋਟਲ ਵਾਲੇ ਜੋ ਲੋਕ ਹੈ ਉਹ ਪੜ੍ਹੇ ਲਿਖੇ ਹੋਤੇ ਹੈ ਨਾ, ਪੜ੍ਹਾਈ ਲਿਖਾਈ ਕਰੇ, ਹੈਂ ਕਰਾਓ ਕਰਾਓ, ਸਸਕਲ ਬਾਈ ਸਸਕਲ, 2 ਮਿੰਟ ਬੈਠੋ ਬਾਈ, 2 ਮਿੰਟ 'ਚ ਆ ਗਿਆ ਜੀ, ਅਤੇ ਬਸ ਛੋਟਾ ਜਿਹਾ ਇੰਸੀਡੈਂਟ ਸੀਗਾ ਜੀ, ਚਲੋ ਮੈਨੂੰ ਲੱਗਿਆ ਮੈਂ ਸ਼ੇਅਰ ਕਰਨਾ ਚਾਹੀਦਾ ਮੈਨੂੰ, ਅਤੇ ਮੇਰੀ ਟੀਮ ਦਾ ਬਹੁਤ ਥੈਂਕਫੁੱਲ ਹਾਂ ਮੈਂ, ਜਿਹੜੇ ਭਰਾ ਹੋਣੀ ਸਾਰੇ ਸਾਥ ਦਿੰਦੇ ਨੇ ਹੈ ਨਾ, ਇੱਥੇ ਆਉਂਦੇ ਨੇ, ਬਾਪੂ ਜੀ ਆਏ ਨੇ ਸੇਵਾ ਕਰਨ, ਇੱਥੇ 6:30 ਤੋਂ ਮੇਰੇ ਕੋਲ ਬੈਠੇ ਵੀ ਨੇ, ਸਸਕਲ ਬਾਪੂ ਜੀ, ਬਾਪੂ ਜੀ ਕਿੱਥੋਂ ਆਈ ਸੇਵਾ ਆਪਣੀ? ਇੱਥੇ ਲੋਕਲੀ ਜੀ, ਲੋਕਲੀ, ਤੁਸੀਂ ਬਾਪੂ ਜੀ ਪਹਿਲਾਂ ਵੀ ਬੜੀ ਵਾਰੀ ਆਏ ਹੋ? ਨਹੀਂ ਮੈਂ ਅੱਜ ਪਹਿਲੀ ਵਾਰੀ ਆਏ ਹੋ, ਕਿਵੇਂ ਲੱਗਿਆ ਬਾਪੂ ਜੀ ਅੱਜ? ਬਹੁਤ ਚੰਗਾ ਲੱਗਿਆ, ਕੋਈ ਸਾਨੂੰ ਸਲਾਹ ਦੇਣਾ ਚਾਹੁੰਦੇ ਬਾਪੂ ਜੀ? ਅੱਛਾ ਕੋਈ ਸਲਾਹ ਨਹੀਂ ਦੇਣਾ, ਠੀਕ ਹੋ ਬਾਪੂ ਜੀ? ਬਾਪੂ ਜੀ ਤੁਹਾਨੂੰ ਜ਼ਿੰਦਗੀ ਦਾ ਤਜਰਬਾ ਬਹੁਤ ਹੈ, ਥੋੜ੍ਹਾ ਜਿਹਾ ਤੁਸੀਂ ਆਪਣੀ ਜ਼ਿੰਦਗੀ ਦਾ ਨਿਚੋੜ ਦੱਸਣਾ ਹੋਵੇ ਤਾਂ, ਜਿਹੜੀ ਦੁਨੀਆ ਅੱਜ ਸਵੇਰੇ ਸ਼ਾਮ ਪੈਸਾ 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 ਕਰੀ ਫਿਰਦੀ ਹੈ, ਤੁਸੀਂ ਇਸ ਸਟੇਜ 'ਤੇ ਲਾਈਫ 'ਤੇ ਕੀ ਇੱਕ ਨਿਚੋੜ ਦੇਣਾ ਚਾਹੁੰਦੇ ਹੋ ਕਿ ਮੈਂ ਆਪਣੀ ਜ਼ਿੰਦਗੀ ਦਾ ਤਜਰਬਾ ਇਹ ਕੱਢਦਾ? ਇੱਥੇ ਰਹਿ ਜਾਣਾ, ਜਿੱਦਾਂ ਹੁਣ ਮੈਂ ਵੀ ਕੱਲ੍ਹ ਨੂੰ ਅੰਕਲ ਤੁਹਾਡੀ ਉਮਰ 'ਚ ਆਊਂਗਾ, ਜੇ ਚਲੋ ਗੁਰੂ ਸਾਹਿਬ ਨੇ ਚਾਹਿਆ ਪਹੁੰਚੇ ਉੱਥੇ ਤੱਕ, ਤਾਂ ਮੈਨੂੰ ਪਛਤਾਵਾ ਨਾ ਰਹੇ ਉਸ ਉਮਰ 'ਚ, ਕਾਸ਼ ਮੈਂ ਵੀ ਆਪਣੀ ਜਵਾਨੀ ਦੇ ਜ਼ੋਰ 'ਚ ਕੁਛ ਕਰ ਲੈਂਦਾ, ਚੰਗੇ ਕੰਮ ਚਾਰ ਤਾਂ ਅੱਜ ਚੰਗਾ ਲੱਗਦਾ। ਤਾਂ ਤੁਹਾਨੂੰ ਕਿਵੇਂ ਲੱਗਦਾ ਕਿ ਜਿਹੜੀ ਅੱਜ ਜਵਾਨ ਪੀੜ੍ਹੀ ਹੈ, ਅੱਜ ਜਿਹਨੂੰ ਰੱਬ ਭੁੱਲਿਆ ਹੋਇਆ, ਜਿਹਨੂੰ ਚੰਗੇ ਕੰਮ ਭੁੱਲੇ ਹੋਏ ਨੇ, ਜਾਂ ਜਿਹਨਾਂ ਕੋਲ ਵਕਤ ਹੀ ਹੈ ਨਹੀਂ ਚੰਗੇ ਕੰਮਾਂ ਲਈ, ਪੈਸੇ ਦੇਣ ਲਈ ਜਾਂ ਟਾਈਮ ਦੇਣ ਲਈ, ਉਹਨਾਂ ਬਾਰੇ ਤੁਸੀਂ ਕੀ ਕਹਿੰਦੇ ਹੋ? ਟਾਈਮ ਥੋੜ੍ਹਾ ਹੀ ਆਪੇ ਪਤਾ ਲੱਗ ਜਾਣਾ ਜੀ ਉਹਨਾਂ ਨੂੰ, ਟਾਈਮ ਥੋੜ੍ਹਾ ਹੀ ਹੈ, ਕਿਆ ਛੋਟੀਆਂ ਡੂੰਘੀਆਂ ਗੱਲਾਂ ਕਰ ਰਹੇ ਨੇ ਬਾਪੂ ਜੀ। ਬੈਠੋ ਬੈਠੋ ਬਾਪੂ ਜੀ, ਸੇਵਾ ਕਰਨ ਆਏ ਸੀਗੇ ਅੱਜ, ਅਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਚਲੋ ਗੱਲਾਂ ਉਹੀ ਡੂੰਘੀਆਂ ਨੇ ਕਿ ਟਾਈਮ ਘੱਟ, ਪਤਾ ਕੀ ਹੈ ਇਹ ਗੱਲ ਜਿਹੜੀ ਕਹੀ ਹੈ ਇਹਨੂੰ ਜੇ ਐਕਸਪਲੇਨ ਕਰਨੀ ਪਵੇ ਤਾਂ ਬਹੁਤ ਵੱਡੀ ਹੈ, ਪਤਾ ਕੀ ਹੈ ਆਮ ਉਮਰ ਅੱਜ ਕੱਲ੍ਹ ਬਿਮਾਰੀਆਂ ਦੇ ਹਿਸਾਬ ਕਿਤਾਬ ਨਾਲ ਕਿੰਨੀ ਕੁ ਹੈ ਲੋਕਾਂ ਦੀ, ਮੇਰੇ ਹਿਸਾਬ ਨਾਲ ਵੱਧ ਤੋਂ ਵੱਧ ਖਿੱਚ ਖਿੱਚ ਕੇ 70 ਸਾਲ, 70-80 ਤੋਂ ਉੱਪਰ ਮੇਰੇ ਹਿਸਾਬ ਨਾਲ ਅੱਜ ਕੱਲ੍ਹ ਜਾਣਾ ਔਖਾ ਹੈ, ਜਿਸ ਹਿਸਾਬ ਨਾਲ
ਬੁੱਢਾ ਦਰਿਆ ਲੁਧਿਆਣੇ 'ਚ ਚੱਲ ਰਿਹਾ, ਜਿਸ ਹਿਸਾਬ ਨਾਲ ਕੈਂਸਰ ਦੀ ਬਿਮਾਰੀ ਫੈਲ ਰਹੀ ਹੈ, ਉਸ ਹਿਸਾਬ ਨਾਲ ਬੜਾ ਔਖਾ ਹੈ ਕਿ 80 ਸਾਲ ਦੀ ਉਮਰ ਤੋਂ ਉੱਤੇ ਟੱਪਣਾ, ਤਾਂ 80 ਸਾਲ ਦੇ ਵਿੱਚੋਂ 40 ਸਾਲ ਮਤਲਬ ਦਿਹਾੜੀ 'ਚ 24 ਘੰਟੇ ਹੁੰਦੇ ਆ, 12 ਘੰਟੇ ਤਾਂ ਅਸੀਂ ਸੌ ਕੇ ਗਵਾ ਦਿੰਦੇ ਹਾਂ, 80 ਦੇ ਵਿੱਚੋਂ 40 ਤਾਂ ਸਾਡੇ ਸੌ ਕੇ ਨਿਕਲ ਗਏ, 40 ਰਹਿ ਗਏ, 40 ਦੇ ਵਿੱਚੋਂ ਅੱਜ ਅਸੀਂ ਕਿੰਨੇ ਕਿੰਨੇ ਸਾਲਾਂ ਦੇ ਹਾਂ, 20, 25, 25 ਸਾਲਾਂ ਦੇ, ਰਹਿ ਕਿੰਨੇ ਗਏ ਪਿੱਛੇ, 15 ਸਾਲ ਬਸ। ਇਸ ਲਈ ਬਾਪੂ ਜੀ ਨੇ ਕਿਹਾ ਕਿ ਵਕਤ ਘੱਟ ਹੈ, ਮੈਂ ਵੀ ਹਮੇਸ਼ਾ ਕਹਿੰਦਾ ਹੁੰਦਾ ਕਿ ਟਾਈਮ ਘੱਟ ਹੈ, ਪਰਮਾਤਮਾ ਕਿ ਜਿੰਨਾ ਹੋ ਸਕੇ ਅੰਡਲੇ ਸਾਹ ਤੱਕ ਜਦੋਂ ਤੱਕ ਜ਼ਿੰਦਾ ਵਾਂ ਚੰਗੇ ਕੰਮ ਕਰਾਈ ਜਾਈਂ, ਔਰ ਜਿਸ ਦਿਨ ਮੌਤ ਵੀ ਆਏ, ਮੌਤ ਤਾਂ ਇੱਕ ਦਿਨ ਆਉਣੀ ਆ, ਜਿਸ ਦਿਨ ਮੌਤ ਵੀ ਆਏ ਉਸ ਦਿਨ ਵੀ ਹੱਥੋਂ ਚੰਗਾ ਕੰਮ ਹੋਇਆ ਹੋਵੇ, ਤਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਫਿਰ ਇੱਕ ਵਾਰੀ ਆਪਣੀ ਟੀਮ ਦਾ, ਪ੍ਰਿਯੂ ਵੀਰੇ ਦਾ, ਅੱਛਾ ਬਾਈ ਜੀ ਦਾ ਬ੍ਰਦਰ ਵੀ ਆਏ ਨੇ ਅੱਜ, ਬਹੁਤ ਧੰਨਵਾਦੀ ਹਾਂ ਪੂਰੀ ਟੀਮ ਦਾ, ਉਹ ਭੈਣਾਂ ਨੇ ਬਹੁਤ ਨਾਮ ਰੋਸ਼ਨ ਕੀਤਾ, ਪੇਸ਼ੈਂਟ ਆਏ ਨੇ, ਹੈ ਨਾ, ਬਰਥਡੇ ਸੈਲੀਬ੍ਰੇਟ ਕੀਤਾ, ਇਹ ਸਾਰਾ ਕੁਝ ਤੁਹਾਡੇ ਨਾਲ ਸ਼ੇਅਰ ਤਾਂ ਕਰਦੇ ਹਾਂ ਕਿ ਤੁਸੀਂ ਵੀ ਆਪਣੀ ਜ਼ਿੰਦਗੀ 'ਚ ਚੀਜ਼ਾਂ ਅਪਣਾਓ। ਕੱਲ੍ਹ ਵੀ ਇੱਕ ਵੀਰ ਹੋਣੀ ਮਾਨਸੇ ਤੋਂ ਆਏ ਸੀਗੇ ਸਪੈਸ਼ਲ ਹੈਲਪ ਕਰਨ ਇੱਥੇ, ਉਹ ਕਰਨ ਕੇਕ ਕੱਟਣ ਆਏ ਸੀਗੇ, ਤਾਂ ਬੜੀ ਮਨ ਨੂੰ ਖੁਸ਼ੀ ਹੋਈ। ਦੇਖੋ ਸਾਰੇ ਖੁਸ਼ ਹੋ, ਔਰ ਖਾਣਾ ਪੀਣਾ ਕੁਛ ਗਿਫਟ, ਖਾਣਾ ਪੀਣਾ ਔਰ ਕੁਛ, ਤਾਂ ਬਹੁਤ ਮੈਂ ਧੰਨਵਾਦੀ ਹਾਂ ਸਾਰਿਆਂ ਦਾ ਕਿ ਚਲੋ ਜਿਹੜੇ ਆਏ ਨੇ, ਅਤੇ ਬਹੁਤ ਖੁਸ਼ੀ ਹੁੰਦੀ ਹੈਗੀ ਯਾਰ। ਚਲੋ ਸਾਰਿਆਂ ਨੂੰ ਦੇ ਤਾ ਸਮਾਨ, ਸਾਰਿਆਂ ਨੂੰ ਗਿਫਟ ਦੇ ਤੇ, ਹਜ਼ੂਰ ਜੀ ਕਿੱਥੇ ਆ, ਆ ਜਾਓ ਆ ਜਾਓ, ਗਿਫਟ ਦੇ ਤੇ ਸਾਰਿਆਂ ਨੂੰ, ਆ ਲਿਆਓ ਬੱਚਿਆਂ ਵਾਸਤੇ, ਲਿਆਓ ਲਿਆਓ, ਆ ਚੱਕ ਕੇ ਲਿਆਓ ਫਟਾਫਟ, ਲਿਆਓ ਲਿਆਓ ਲਿਆਓ, ਸ਼ਾਬਾਸ਼, ਆ ਵੀ ਲਿਆਓ ਇੱਧਰ, ਮੇਰੀ ਬਾਤ ਸੁਣੋ, ਗਿਫਟ ਆਪਣੇ ਮੰਮੀ ਕੇ ਲਈ ਲੈਣਾ ਕਿ ਡੈਡੀ ਕੇ ਲਈ ਲੈਣਾ, ਆਪਕੇ ਲਈ ਗਿਫਟ ਬਾਅਦ ਮੇ ਦੇਂਗੇ, ਪਹਿਲੇ ਆਪ ਬਤਾਓ, ਦੂਜੀ ਵੀ ਲਿਆਓ, ਮੰਮੀ ਕੇ ਲਈ ਲੈਣਾ ਕਿ ਡੈਡੀ ਕੇ ਲਈ, ਡੈਡੀ ਕੇ ਲਈ, ਲੜਾਈ ਕਰਾਉਂਗੇ ਘਰੇ ਜਾ ਕੇ, ਤੁਮਨੇ ਕਿਸਕੇ ਲਈ ਲੈਣਾ, ਡੈਡੀ ਕੇ ਲਈ, ਤੁਮਨੇ ਕਿਸਕੇ ਲਈ ਲੈਣਾ, ਸਾਰਿਆਂ ਨੇ ਡੈਡੀ ਲਈ ਲੈਣਾ, ਜੰਮੇ ਮੰਮੀ ਦੇ ਢਿੱਡ ਚੋਂ ਵੀ ਹੋ ਤੂੰ, ਆਏ ਹਾਏ ਸਾਡਾ ਭਰਾ ਨਿਕਲਿਆ ਮੰਮੀ ਦੇ ਪਿਆਰ ਵਾਲਾ, ਤੁਸੀਂ ਡੈਡੀ, ਡੈਡੀ, ਹਾਂਜੀ ਤੁਸੀਂ, ਆ ਚੱਕ, ਆ ਮੰਮੀ ਲਈ ਚੱਕ ਫਿਰ, ਇੱਕ ਸੂਟ ਹੈ, ਇਹ ਡੈਡੀ ਲਈ ਸ਼ਰਟ ਹੈ, ਤੁਸੀਂ ਮੰਮੀ, ਲਓ ਜੀ ਤੁਸੀਂ ਮੰਮੀ, ਲਓ ਜੀ ਤੁਸੀਂ, ਦੋਨਾਂ ਲਈ ਲੈਣਾ, ਇਹ ਬੰਦੇ ਲਈ ਨਾ ਖੜੇ ਹੋ ਕੇ ਤਾੜੀਆਂ ਮਰਵਾਓ, ਅਸਲ ਦੇ ਵਿੱਚ ਇਹ ਬੱਚਾ ਹੈ ਜਿਹੜਾ ਕਹਿੰਦਾ ਮੈਂ ਦੋਨਾਂ ਲਈ ਲੈਣਾ, ਇਹ ਅਸਲ ਦੇ ਵਿੱਚ ਬੱਚੇ ਦੀ ਪਰਵਰਿਸ਼ ਹੁੰਦੀ ਹੈ, ਸਾਰੇ ਬੱਚਿਆਂ ਨੇ ਕਿਹਾ ਮੰਮੀ ਡੈਡੀ, ਮੰਮੀ ਡੈਡੀ, ਇਹ ਕਹਿੰਦਾ ਮੈਂ ਤਾਂ ਦੋਨਾਂ ਲਈ ਲਊਂਗਾ, ਔਰ ਮੈਂ ਇਸ ਸਵਾਲ ਦਾ ਉਡੀਕ ਕਰ ਰਿਹਾ ਸੀ ਕਿ ਇਹਨਾਂ 'ਚੋਂ ਕਿਹੜਾ ਕਹੇਗਾ ਕਿ ਅਸੀਂ ਤਾਂ ਦੋਨਾਂ ਲਈ ਲੈਣਾ ਅਤੇ ਮੈਂ ਦੋ ਕੱਢ ਕੇ ਗਿਫਟ ਦਊਂ, ਕਿਆ ਬਾਤ, ਦਿਓ ਜੀ ਦੋਨਾਂ ਵਾਸਤੇ ਇਹਨੂੰ, ਇਹ ਲਓ ਜੀ ਮੰਮੀ ਡੈਡੀ ਦੋਨੋਂ ਕੇ ਲਈ, ਬੈਠੋ, ਅਬ ਤੁਮ ਤਿੰਨੋਂ ਕੇ ਲਈ ਵੋ ਬਾਤ ਨਹੀਂ ਚਲੇਗੀ ਕਿ ਦੋਨੋਂ ਕੇ ਲਈ, ਕਿਸਕੇ ਲਈ, ਮੰਮੀ ਕੇ ਲਈ, ਤੁਮਨੇ ਡੈਡੀ ਕੇ ਲਈ, ਲਓ ਜੀ ਤੁਮਨੇ ਆਪਣੇ ਲਈ ਲੈਣਾ, ਲੈ ਬਾਈ ਤੂੰ ਲੈ, ਲੈ ਬਾਈ, ਬੇਟਾ ਤੂੰ ਕਿਹਦੇ ਵਾਸਤੇ ਲੈਣਾ, ਮੰਮੀ ਨੂੰ ਤਾਂ ਤੇਰੀ ਮਿਲ ਗਿਆ, ਪਾਪਾ ਵਾਸਤੇ ਲੈ ਜਾ, ਲੈ ਠੀਕ ਹੈ, ਅਬ ਬਾਤ ਸੁਣੋ, ਮੰਮੀ ਕੋ ਕਿਸਕੋ ਪਾਪਾ ਕੇ ਲਈ ਨਹੀਂ ਮਿਲਾ, ਤੇਰੇ ਕੋ ਪਾਪਾ ਕੇ ਲਈ ਨਹੀਂ ਮਿਲਾ, ਇਹ ਲੈ ਇੱਕ ਮਿੰਟ, ਰੁਜਾ ਤੇਰੇ ਕੋ ਪਾਪਾ ਕੇ ਲਈ ਨਹੀਂ ਮਿਲਾ ਨਾ, ਇਹ ਲੈ ਤੇਰੇ ਕੋ ਪਾਪਾ ਕੇ ਲਈ ਨਹੀਂ ਮਿਲਾ, ਇਹ ਲੈ, ਰੁਜਾ ਰੁਜਾ ਬੇਟਾ, ਤੇਰੇ ਕੋ ਪਾਪਾ ਕੇ ਲਈ ਨਹੀਂ ਮਿਲਾ, ਅਬ ਤੁਮ ਤਿੰਨੋ ਕੋ ਮੰਮੀ ਕੇ ਲਈ ਚਾਹੀਏ, ਇਹ ਲੋ ਅੱਜ ਮੰਮੀ ਕੋ ਜਾ ਕੇ ਘਰ ਕੋ, ਅੱਜ ਮੇਰੀ ਬਾਤ ਸੁਣ ਲਓ, ਘਰ ਮੇ ਜਾ ਕੇ ਮੰਮੀ ਕੋ ਡੈਡੀ ਕੋ ਇੱਕ ਜ਼ੋਰ ਕੇ ਜੱਫੀ ਡਾਲਨੀ ਹੈ, ਔਰ ਬੋਲਨਾ ਹੈ ਸ਼ੁਕਰੀਆ ਹਮੇ ਜ਼ਿੰਦਗੀ ਦੇਨੇ ਕੇ ਲਈ, ਕਿਆ ਬੋਲਨਾ, ਇਸ ਕੋ ਦੋ ਮੰਮੀ ਕੇ ਲਈ ਵੀ, ਕਿਆ ਬੋਲਨਾ ਘਰ ਜਾ ਕੇ, ਘਰ ਪੇ ਇੱਕ ਮਿੰਟ ਮੇਰੀ ਬਾਤ ਸੁਣੋ, ਸਾਰੇ ਇਧਰ ਧਿਆਨ ਦਿਓ, ਘਰ ਪੇ ਜਾ ਕੇ ਕਿਆ ਬੋਲਨਾ ਹੈ ਆਪਨੇ, ਸ਼ੁਕਰੀਆ, ਸ਼ੁਕਰੀਆ ਹਮੇ ਜ਼ਿੰਦਗੀ ਦੇਨੇ ਕੇ ਲਈ, ਸ਼ੁਕਰੀਆ ਹਮੇ ਜ਼ਿੰਦਗੀ ਦੇ, ਤੂੰ ਮੰਮੀ ਕੇ ਲਈ ਤਾਂ ਲਿਆ ਹੀ ਨਹੀਂ, ਇਹ ਲੈ ਬੇਟਾ ਤੂੰ ਵੀ ਮੰਮੀ ਕੇ ਲਈ, ਲੈ ਸਾਰੇ ਜਾ ਕੇ ਆਪਣੇ ਮੰਮੀ ਡੈਡੀ ਕੋ ਗਿਫਟ ਦਿਓ, ਚਲੋ ਠੀਕ ਹੈ, ਧਿਆਨ ਰੱਖਣਾ, ਫਿਰ ਮਿਲਾਂਗੇ, ਬਾਏ, ਹੈਪੀ ਬਰਥਡੇ, ਲੈ ਵੀ ਚੱਕ।
ਲੁੱਟ ਕੇ ਲੈ ਗਏ ਹੋ ਮੇਲਾ ਅੱਜ ਦਾ। ਬਹੁਤ ਬਹੁਤ ਧੰਨਵਾਦ ਅਤੇ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਿਓ ਅਤੇ ਇੱਦਾਂ ਦੀਆਂ ਮੂਮੈਂਟਸ ਜਿਹੜੀਆਂ ਹੁੰਦੀਆਂ ਬੜੀਆਂ ਸਪੈਸ਼ਲ ਹੁੰਦੀਆਂ। ਅਤੇ ਬਸ ਲੁਧਿਆਣੇ ਸ਼ਹਿਰ ਨੂੰ ਚੀਜ਼ਾਂ ਦੇਖਣੀਆਂ ਚਾਹੀਦੀਆਂ, ਛੋਟੇ ਛੋਟੇ ਆਪਣੇ ਦਿਨ ਨੇ ਮਨਾਓ। ਕੋਈ ਕੇਸ ਆਇਆ ਵੀਰੇ ਜਿਹਦੇ ਬਾਰੇ ਦੱਸਣਾ ਹੋਵੇ, ਕੋਈ ਮੈਡੀਕਲ ਕੇਸ? ਕੀ ਹੋਇਆ ਕੀ ਉਹਨਾਂ ਨੂੰ? ਇਹਨਾਂ ਨੂੰ ਤੁਸੀਂ ਗਿਫਟ ਨਹੀਂ ਦਿੱਤਾ ਯਾਰ? ਤੁਹਾਨੂੰ ਦਿੱਤਾ ਨਹੀਂ ਗਿਫਟ ਇਹਨਾਂ ਨੇ? ਨਹੀਂ ਨਹੀਂ ਉਹ ਨਹੀਂ ਦਿੱਤਾ ਹਜ਼ੂਰ ਜੀ, ਇਹਨਾਂ ਨੂੰ ਗਿਫਟ ਨਹੀਂ ਮਿਲਿਆ। ਤੁਸੀਂ ਨਾਲ ਹੋ, ਇਕੱਠੇ ਹੋ? ਮੇਰੇ ਘਰ ਵਾਲੀ ਬੈਠੀ, ਉਹਨਾਂ ਨੇ ਲੈ ਲਿਆ ਹੋਵੇ। ਅੱਛਾ, ਕਿੱਥੇ ਤੁਹਾਡੇ ਘਰ ਵਾਲੀ? ਪਿੱਛੇ ਹੋ। ਅੱਛਾ, ਇਹਨਾਂ ਨੂੰ ਗਿਫਟ ਦਿਓ ਯਾਰ। ਕੀ ਹੋਇਆ ਬਾਪੂ ਜੀ, ਤੁਸੀਂ ਕਿਉਂ ਆਏ ਉੱਥੇ? ਜੇ ਸਾਈਜ਼ ਦੀ ਦਿੱਕਤ ਹੋਈ ਤਾਂ ਤੁਹਾਨੂੰ ਨੰਬਰ ਲਿਖ ਕੇ ਦਿੰਦਾ, ਸਾਈਜ਼ ਬਦਲਵਾ ਲਈ। ਠੀਕ ਹੈ, ਕੱਪੜੇ ਪਾਓ ਵਧੀਆ, ਕੋਈ ਚੱਕਰ ਨਹੀਂ, ਉਸ ਤੋਂ ਬਾਅਦ ਤੁਹਾਡਾ ਲਾਜ ਵੀ ਕਰਾਉਂਦੇ। ਹਲੋ ਹਲੋ, ਤਿੰਨ ਸ਼ਰਟਾਂ ਤੁਹਾਡੇ ਕੋਲ, ਬਦਲਣੀ ਹੋਈ ਬਦਲ ਲਈ। ਠੀਕ ਹੈ, ਸਾਈਜ਼ ਸੂਈਜ਼ ਬਦਲਵਾ ਲਈ। ਤੇ ਇਲਾਜ ਕਿੱਥੋਂ ਚੱਲ ਰਿਹਾ ਤੁਹਾਡਾ ਹਾਰਟ ਦਾ? ਕੀ ਕਹਿੰਦੇ ਹੋ? ਦਵਾਈ ਚੱਲਦੀ ਆ, ਉਹ ਤਾਂ ਪਹਿਲੇ ਠੀਕ ਹੈ ਲੱਗੇ 3 ਦਿਨ ਯਾ ਤੇ ਆਟੋਂ। ਕੀ ਕੰਮ ਕਰਦੇ ਹੋ ਤੁਸੀਂ? ਮੈਂ ਰਾਜਮਿਸਤਰੀ ਦਾ ਕੰਮ ਕਰਦਾ ਸੀ। ਅੱਛਾ, ਹੁਣ ਤੁਹਾਨੂੰ ਕੀ ਦਿੱਕਤ ਆ ਰਹੀ ਮੇਨ ਜਿਹਦੇ ਲਈ ਤੁਸੀਂ ਇੱਥੇ ਆਏ ਹੋ? ਮੇਰੀ ਧੜਕਨ ਤੇਜ਼ ਹੁੰਦੀ ਆ ਤੇ ਮੇਰੇ ਨਹੀਂ ਪੈਣਾ। ਮੈਂ ਤੁਹਾਨੂੰ ਚੈੱਕ ਕਰਾਉਣਾ, ਠੀਕ ਹੈ? ਸਵੇਰੇ ਸਾਰਾ ਇਲਾਜ ਲੂਜ ਜਿਹੜਾ ਤੁਹਾਡਾ ਫ੍ਰੀ ਕਰਾਉਣੇ। ਠੀਕ ਹੈ, ਚੈੱਕ ਕਰਾ ਲਈ ਨਾ ਉੱਥੇ ਹਸਪੀਟਲ। ਕਿੱਥੇ ਸਿਵਲ? ਕੀ ਕਹਿੰਦੇ ਹੋ? ਕੀ ਦਿੱਤੀ ਜੀ ਉਹਨਾਂ ਨੂੰ? ਦਵਾਈ ਲਿਖ ਦਿੱਤੀ ਉਹਨਾਂ ਨੇ? ਦਵਾਈ ਮਿਲੀ ਨਹੀਂ ਉੱਥੋਂ ਕੋਈ। ਮਿਲੀ ਨਹੀਂ? ਅੱਛਾ, ਅੰਦਰੋਂ ਮੈਂ ਦਵਾਈ ਨਹੀਂ ਮਿਲੀ ਕੋਈ? ਇਹਨਾਂ ਦੀ ਪਰਚੀ ਲੈ ਕੇ ਆਇਓ, ਦਵਾਈ ਵਾਲੀ ਕਿਹੜੀ ਦਿੱਤੀ ਇਹਨਾਂ ਨੇ? ਕੀ ਨਾਮ ਹੈ ਤੁਹਾਡਾ? ਜੀਵਨ ਲਾਲ। ਤੁਹਾਡੇ ਕੋਲ ਦਿਖਾਓ। ਤੁਹਾਡੇ ਵਾਈਫ ਕਿੱਥੇ ਨੇ? ਗੀਤਾ ਜੀ ਕੌਣ ਨੇ? ਆ ਜਾਓ ਭੈਣੇ, ਆ ਜਾਓ। ਤੁਹਾਨੂੰ ਮਿਲ ਗਿਆ ਸੂਟ? ਇੱਧਰ ਆਓ। ਐਂਡਲਾ ਸੂਟ ਕਦੋਂ ਲਿੱਤਾ ਸੀ? ਨਵਾਂ ਸੂਟ ਕਦੋਂ ਲਿੱਤਾ ਸੀ? ਕਿੰਨੇ ਸਾਲ ਹੋ ਗਏ? ਆਈਡੀਆ ਕੋਈ ਗੈਸ ਮਾਰੋ। ਚਲੋ, ਕਿੰਨੇ ਸਾਲ ਹੋ ਗਏ ਵਿਆਹ ਨੂੰ? 25-26 ਸਾਲ ਦਾ ਸੂਟ ਨਹੀਂ ਲਿੱਤਾ? ਭੈਣਾਂ ਬੁਣਾ ਲਓ ਅੱਜ ਫਿਰ ਤੁਹਾਡੇ ਕੋਲ 5 ਸੂਟ ਹੋ ਗਏ। ਠੀਕ ਹੈ, ਇਹ ਸਵਾ ਕੇ ਅਤੇ ਅਗਲੀ ਵਾਰੀ ਜਦੋਂ ਮੇਰੇ ਕੋਲ ਆਉਣਾ ਨਵਾਂ ਸੂਟ ਪਾ ਕੇ ਆਉਣਾ, ਮੈਂ ਪੁਰਾਣੇ ਸੂਟ 'ਚ ਨਹੀਂ ਦੇਖਣਾ ਤੁਹਾਨੂੰ। ਅਤੇ ਤੁਸੀਂ ਵੀ ਸ਼ਰਟ ਪੈਂਟ 'ਚ ਪਾ ਕੇ ਆਉਣਾ। ਠੀਕ ਹੈ, ਪੈਂਟ ਵੀ ਤੁਹਾਨੂੰ ਲੈ ਕੇ ਦੇਵਾਂਗੇ। ਇਹਨਾਂ ਦੇ ਹਾਰਟ ਦੀ ਜੋ ਵੀ ਦਿੱਕਤ ਅਸੀਂ ਇਲਾਜ ਕਰਾਵਾਂਗੇ ਸਾਰਾ, ਤੁਸੀਂ ਨਾਲ ਸੇਵਾ ਕਰਨੀ, ਖਰਚਾ ਪਾਣੀ ਵੀ ਦੇਵਾਂਗੇ, ਦਵਾਈਆਂ ਵੀ ਦੇਵਾਂਗੇ, ਆਪਰੇਸ਼ਨ ਦੀ ਜੋ ਲੋੜ ਪਈ ਉਹਦੇ ਵੀ ਸਾਰਾ ਕਰਾਵਾਂਗੇ। ਹੁਣ ਆਹ ਦੇਖੋ, ਲੁਧਿਆਣੇ ਮੈਂ ਬੋਲਣਾ ਤਾਂ ਨਹੀਂ ਚਾਹੁੰਦਾ ਸੀਗਾ, ਪਰ ਚਲੋ ਰਹਿਣ ਦੇਣਾ, ਬੋਲਣ ਨੂੰ ਵੀ ਰਹਿਣ ਨਹੀਂ ਦਿੰਦਾ ਕਿਉਂਕਿ ਐਵੇਂ ਬਰਦਾਸ਼ਤ ਤਾਂ ਹੋਣਾ ਨਹੀਂ ਫਿਰ ਸਰਕਾਰੀ ਅਦਾਰਿਆਂ ਕੋਲੋਂ। ਆਹ ਦੇਖੋ, ਸਿਵਲ ਹੋਸਪਿਟਲ ਲੁਧਿਆਣੇ ਦੀ ਪਰਚੀ ਹੈ, ਲੁਧਿਆਣੇ ਦੀ ਪਰਚੀ ਹੈ ਸਿਵਲ ਹੋਸਪਿਟਲ ਦੀ। ਆਹ ਦੇਖੋ, ਆਹ ਲੁਧਿਆਣੇ ਦੀ ਸਿਵਲ ਹੋਸਪਿਟਲ ਦੀ ਪਰਚੀ ਹੈ। ਠੀਕ ਹੈ, ਸਰਕਾਰੀ ਪਰਚੀ ਹੈ। ਕਦੋਂ ਦੀ ਹੈ ਬਾਈ ਜੀ, ਕਦੋਂ ਗਏ ਸੀ? ਵੀਰਵਾਰ ਗਏ ਸੀ। ਆਹ ਦੇਖੋ, ਡੇਟ ਵੀ ਚੈੱਕ ਕਰ ਲਓ, 28 April 2022। ਅਤੇ ਬਾਈ ਜੀ ਨੂੰ ਡਾਕਟਰ ਨੇ ਦਵਾਈਆਂ ਲਿਖ ਕੇ ਦਿੱਤੀਆਂ 1, 2, 3, 4, 5, 6, 7, 8, 9, 10, 11 'ਚੋਂ 11 ਦਵਾਈਆਂ ਹੀ ਹੈ ਨਹੀਂ। ਹੈਂ, ਫਿਰ ਜੇ ਮੇਰੇ ਵਰਗਾ ਬੋਲਦਾ ਫਿਰ ਮਿਰਚਾਂ ਲੜਦੀਆਂ। ਮੈਂ ਬੋਲਾਂ ਨਾ ਯਾਰ, ਮੇਰੇ ਮਾਮੇ ਦੀ ਸਰਕਾਰ ਤਾਂ ਆਈ ਨਹੀਂ, ਨਾ ਮੇਰੇ ਚਾਚੇ ਦੀ ਸਰਕਾਰ ਗਈ ਹੈ। ਮੇਰਾ ਤਾਂ ਪਹਿਲਾਂ ਹੀ ਇਹੀ ਰਵੱਈਆ ਸੀ ਇਹਨਾਂ ਨੂੰ ਲੈ ਕੇ, ਉਹੀ ਕੁਛ ਹੀ ਕਰ ਰਹੇ ਨੇ। ਕਾਹਦਾ ਬਦਲਾਵ ਆਇਆ? 2.5 ਮਹੀਨੇ ਹੋ ਗਏ ਬਦਲਾਵ ਆਏ ਨੂੰ, 2.5 ਮਹੀਨਿਆਂ 'ਚ ਦਵਾਈਆਂ ਤਾਂ ਪੂਰੀਆਂ ਨਹੀਂ ਹੋਈਆਂ ਇਹਨਾਂ ਕੋਲ। ਫਿਰ ਜੇ ਕੁਛ ਕਹਿ ਦਿਓ ਤਾਂ ਸਬਰ ਰੱਖੋ, ਉਦੋਂ ਤੱਕ ਇਹ ਬੰਦਾ ਹੀ ਭੁਗਤ ਜਾਏਗਾ ਜਿਹਨੂੰ ਕੁਛ ਹੋ ਗਿਆ। ਇਹਦੇ ਜਵਾਕਾਂ ਨੂੰ ਤੁਸੀਂ ਸਾਂਭਣਾ, ਜਾਂ ਫਿਰ ਜੇ ਤੁਸੀਂ ਜਦੋਂ ਤੱਕ ਸਬਰ ਰੱਖਣ ਲਈ ਕਹਿੰਦੇ ਹੋ ਉਦੋਂ ਤੱਕ ਪ੍ਰਾਈਵੇਟ 'ਚ ਇਹਨਾਂ ਦੇ ਇਲਾਜ ਫ੍ਰੀ ਕਰਾ ਦਿਓ। ਸਰਕਾਰ ਕੋਲ ਪੈਸਾ ਬਹੁਤ ਹੈ, ਪੈਸੇ ਦੀ ਤਾਂ ਕੋਈ ਕਮੀ ਹੈ ਹੀ ਨਹੀਂ ਆਪਣੇ ਕੋਲ। ਟੈਕਸ ਠੋਕ ਕੇ ਲੈ ਰਹੇ ਹੋ 18%, 30%, 9%। ਰੋਟੀ ਖਾਣ ਜਾਓ ਰੈਸਟੋਰੈਂਟ ਦੇ ਵਿੱਚ 30-30% ਦਾ ਉੱਥੇ ਟੈਕਸ ਲੈ ਰਹੇ ਹੋ, 9-9% GST ਅਤੇ ਉਹ ਅਤੇ ਉਹ ਇੰਨਾ ਰੁਪਈਆ ਜਿਹੜਾ ਤੁਹਾਡੇ ਕੋਲ ਆ ਰਿਹਾ ਹੈ, ਤਾਂ ਇੱਦਾਂ ਦੇ ਲੋਕਾਂ ਦਾ ਪ੍ਰਾਈਵੇਟ ਇਲਾਜ ਕਰਾ ਦਿਓ। ਜੇ ਮੇਰੇ ਵਰਗਾ ਕੁਛ ਬੋਲਦਾ ਫਿਰ ਕਹਿੰਦੇ ਨੇ ਜੀ ਸਬਰ ਤਾਂ ਰੱਖੋ,
ਸਬਰ ਤਾਂ ਰੱਖੋ, ਠਬਰ ਹੀ ਰੱਖਿਆ ਹੋਇਆ, ਕੋਈ ਨਹੀਂ 6 ਮਹੀਨੇ ਬਾਅਦ ਸਹੀ, ਸਾਲ ਬਾਅਦ ਸਹੀ, ਇੱਥੇ ਹੀ ਮਿਲਾਂਗੇ। ਪਰ ਸਰਕਾਰ ਨੂੰ, ਮੰਤਰੀਆਂ ਨੂੰ, ਲੀਡਰਾਂ ਨੂੰ ਇਹ ਦੇਖਣੀਆਂ ਚਾਹੀਦੀਆਂ ਚੀਜ਼ਾਂ ਕਿ ਬਾਈ ਜੀ 11 ਦਵਾਈਆਂ ਡਾਕਟਰ ਨੇ ਲਿਖ ਕੇ ਦਿੱਤੀਆਂ, 11 ਦੀਆਂ 11 ਹੈ ਨਹੀਂ, ਇਹ ਬੰਦਾ ਕਿੱਥੇ ਜਾਏਗਾ ਜੇ ਦਵਾਈ ਤੋਂ ਬਿਨਾਂ ਨੂੰ ਕੁਛ ਹੋ ਗਿਆ? ਉਹਨੂੰ ਸਾਹ ਉਹਨੂੰ ਚੜਦਾ, ਹਾਰਟ ਦੀ ਦਿੱਕਤ ਉਹਨੂੰ ਹੈ, 4 ਦਿਨ ਤੋਂ ਵਿਚਾਰਾ ਇੱਕੋ ਟੀ ਸ਼ਰਟ ਪਾ ਕੇ ਇੱਥੇ ਟੀਮ ਕੋਲ ਆ ਰਿਹਾ, ਉਹਨਾਂ ਨੂੰ ਸ਼ਰਮ ਆ ਗਈ ਕਿ ਯਾਰ ਭਾਜੀ ਨੂੰ ਕੱਪੜੇ ਕੁਪੜੇ ਬਾਈ ਨੂੰ ਸੇਵਾ ਕਰਦੀ ਹੈ? ਕਿੱਥੇ ਬੈਠੇ ਹੋ ਯਾਰ ਤੁਸੀਂ? ਉਹ ਮੰਗਾ ਕੇ ਦਿੰਦੇ ਤੁਹਾਨੂੰ ਦਵਾਈਆਂ ਹੋਣੀ ਸਾਰੀਆਂ, ਠੀਕ ਹੈ, ਹੁਣੀ ਮੰਗਾ ਕੇ ਦਿੰਦੇ ਇਹਨਾਂ ਨੂੰ ਦਵਾਈਆਂ ਮੰਗਾ ਦਿਓ ਵੀਰੇ ਸਾਰੀਆਂ ਹੋਣੀ, ਆਹ ਦਵਾਈਆਂ ਮੰਗਾ ਕੇ ਦਿਓ ਹੁਣੀ। ਅਤੇ ਸਾਡੇ ਕੋਲ ਇੱਕ ਛੋਟੀ ਭੈਣ ਹੋਰ ਆਈ ਹੈ, ਤੁਹਾਡਾ ਸ਼ੁਭ ਨਾਮ? ਕੀ ਨਾਮ ਹੈ ਤੁਹਾਡਾ? ਵਿਵੇਕ ਕੌਰ। ਕੀ ਕਰਨ ਆਇਓ ਅੱਜ ਇੱਥੇ? ਸੇਵਾ ਕਰਨ ਆਇਓ। ਇੱਧਰ ਦੇਖੋ ਕੀ ਕਹਿਣਾ ਚਾਹੁੰਦੇ ਹੋ, ਤੁਹਾਡੇ ਦੋਸਤ ਵੀ ਨੇ, ਕਿਹੜੇ ਸਕੂਲ ਪੜ੍ਹਦੇ ਹੋ ਤੁਸੀਂ? ਗੁਰੂ ਨਾਨਕ ਪਬਲਿਕ ਸਕੂਲ। ਕਿਹੜੀ ਕਲਾਸ 'ਚੋਂ? 4th 'ਚੋਂ। ਤੁਹਾਡੇ ਫਰੈਂਡਸ ਹੈਗੀ? ਫਰੈਂਡਸ ਹੈਗੀ, ਉਹਨਾਂ ਨੂੰ ਵੀ ਕਹੋਗੇ ਇੱਥੇ ਆਉਣ ਨੂੰ? ਚਲੋ, ਕਿਉਂ ਸੇਵਾ ਕਰਨ ਆਈ? ਕਿਉਂ ਸੇਵਾ ਕਰਨ ਆਇਓ ਅੱਜ? ਪਾਪਾ ਨੇ ਕਿਹਾ ਸੀ ਸੇਵਾ ਕਰਨੇ, ਕਿਉਂ ਆਇਓ? ਪਾਪਾ ਕਹਿੰਦੇ ਨਹੀਂ, ਡੈਡੀ ਦੇ ਬਰਥਡੇ ਤੇ ਸੇਵਾ ਕਰਨ ਨਹੀਂ ਆਇਆ, ਅੱਜ ਲੋਕਾਂ ਕੀ ਹੈਲਪ ਕਰਨੇ ਆਏ। ਕਿਆ ਬਾਤ! ਇਹ ਆ ਭੈਣਾਂ ਮਾਣ ਮਹਿਸੂਸ ਕਰਾਉਣ ਵਾਲੀਆਂ ਪੰਜਾਬ ਨੂੰ, ਤੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ, ਹਮੇਸ਼ਾ ਤੰਦਰੁਸਤੀ ਦੇਵੇ। ਕੈਸਾ ਲੱਗ ਰਿਹਾ ਫਿਰ ਅੱਜ ਉਨ ਬੱਚੋਂ ਕੇ ਸਾਥ ਕੇਕ ਕੱਟ ਕੇ ਕੈਸਾ ਲਗਾ? ਅੱਛਾ ਲਗਾ ਨਾ? ਫਿਰ ਆਪ ਹਰ ਸਾਲ, ਆਪਕਾ ਬਰਥਡੇ ਕਬ ਆਤਾ ਹੈ? 28 ਜੂਨ। ਆਪ ਆਓਗੇ ਯਹਾਂ ਪੇ? ਮੈਂ ਵੇਟ ਕਰੂੰਗਾ, ਠੀਕ ਹੈ। ਕੇਕ ਲੈ ਕੇ ਆਓਗੇ? ਆਪਕੀ ਬੇਕਰੀ ਹੈ ਨਾ, ਫਿਰ ਆਪਣੀ ਬੇਕਰੀ ਸੇ ਕੇਕ ਲੈ ਕੇ ਆਓ? ਕਿਆ ਬਾਤ ਹੈ! ਅਤੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਪੰਜਾਬ ਦੀ ਪੀੜ੍ਹੀ ਕਿਸੇ ਚੰਗੇ ਹੱਥ ਜਾਵੇ ਅਤੇ ਚੰਗੇ ਪਾਸੇ ਜਾਵੇ, ਅਤੇ ਪਰਮਾਤਮਾ ਇੱਦਾਂ ਹੀ ਇਹਨਾਂ ਨੂੰ ਤੰਦਰੁਸਤੀ ਬਖਸ਼ਣ। ਬੇਟਾ ਆਪ ਕਿਆ ਕਰਨੇ ਆਇਓ? ਆ ਜਾਓ, ਆ ਜਾਓ, ਆ ਜਾਓ। ਆਪ ਕਿਆ ਕਰਨੇ ਆਇਓ ਯਹਾਂ ਪੇ? ਥੋੜ੍ਹਾ ਸੇਵਾ ਕਰਨ ਆਇਓ ਜੀ? ਪੇਸ਼ੈਂਟ ਹੈ ਕੋਈ? ਹਾਂਜੀ, ਸੋਰੀ ਸੋਰੀ ਸੋਰੀ, ਮੈਂ ਪਛਾਣਿਆ ਨਹੀਂ, ਸੋਰੀ ਸੋਰੀ। ਹਾਂਜੀ 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 ਹਾਂਜੀ। ਅੱਛਾ, ਇਹਨਾਂ ਦਾ ਘਰ ਨਹੀਂ ਲੱਭ ਰਿਹਾ। ਨਮਸਕਾਰ ਆਂਟੀ ਜੀ, ਕਿਆ ਹਾਲ ਹੈ ਆਪਕਾ? ਕਿਆ ਹਾਲ ਹੈ ਆਪਕਾ? ਠੀਕ ਹੋ? ਕਿਆ ਨਾਮ ਹੈ ਆਪਕਾ? ਘੜੀ ਜ਼ਰੀ। ਮੈਂ ਦੱਸ ਦੇਣਾ ਚਾਹੁੰਦਾ ਜੀ, ਇਹ ਵੀ ਭੈਣਾਂ ਜਿਹੜਾ ਇੱਕ ਆਸ਼ਰਮ ਚਲਾ ਰਹੀਆਂ ਨੇ। ਕਿੱਥੇ ਤੁਹਾਡਾ ਆਸ਼ਰਮ? ਨਵੇਂ ਸ਼ਹਿਰ ਦੇ ਕੋਲ ਆਸ਼ਰਮ ਨੇ। ਕਿੰਨੀਆਂ ਆਂਟੀ ਮਾਮਾ ਤੁਸੀਂ ਰੱਖੀਆਂ ਉੱਥੇ? ਸੱਤ ਮਾਵਾਂ ਦੀ ਸੇਵਾ ਜਿਹੜੀ ਭੈਣ ਹੋਣੀ ਤੇ ਦੋਨੋਂ ਮਦਰ ਤੇ ਡਾਟਰ ਨੇ, ਸਾਂਭ ਰਹੀਆਂ ਨੇ। ਹੁਣ ਇਹਨਾਂ ਨੂੰ ਇੱਕ ਨਵੀਂ ਮਾਤਾ ਜੀ ਮਿਲੇ ਨੇ, ਤੇ ਮੈਂ ਵੀਡੀਓ ਰਾਹੀਂ ਜ਼ਰੂਰ ਬੇਨਤੀ ਕਰਨਾ ਚਾਹਾਂਗਾ ਕਿ ਜ਼ਰੂਰ ਇਹਨਾਂ ਦਾ ਫੇਸ ਦੇਖੋ। ਕਿੱਥੇ ਦਾ ਦੱਸ ਰਹੇ ਨੇ ਐਡਰੈਸ? ਕੀ ਇਨਫੋਰਮੇਸ਼ਨ ਦਿੱਤੀ ਇਹਨਾਂ ਨੇ ਤੁਹਾਨੂੰ? ਗੁਜਰਾਤ ਦਾ। ਤੇ ਅੱਛਾ, 9 ਮਹੀਨੇ ਦਾ ਤੁਹਾਡੇ ਕੋਲ? ਅੱਛਾ, ਉਹ ਤੁਹਾਡਾ ਭਲਾ ਹੋ ਜੀ। ਵਾਹਿਗੁਰੂ। ਰਾਮਾ ਮੰਡੀ ਕੈਂਟ ਤੋਂ ਇਹ ਮਾਤਾ ਜੀ ਮਿਲੇ ਸੀਗੇ, ਤੇ ਦੇਖ ਸਕਦੇ ਹੋ ਕੰਡੀਸ਼ਨ ਹੱਥ ਦੀ, ਤੇ ਕਿਸੇ ਦੀ ਮਾਂ ਹੋਣੀ, ਕਿਸੇ ਦੀ ਭੈਣ ਹੋਣੀ, ਕਿਸੇ ਦੀ ਬੇਟੀ ਹੋਣੀ। ਕਿਆ ਨਾਮ ਆਪਕੇ ਬੇਟੇ ਦਾ? ਤੁਹਾਨੂੰ ਤੁਸੀਂ ਦੱਸੋ ਕੀ ਕੀ ਇਨਫੋਰਮੇਸ਼ਨ ਦਿੱਤੀ ਇਹਨਾਂ ਨੇ ਤੁਹਾਨੂੰ? ਬੇਟੀ ਦਾ ਕਿਆ ਨਾਮ ਹੈ ਆਪਕੀ? ਸੁਧਾ। ਸੁਧਾ, ਇਹਨਾਂ ਦੀ ਬੇਟੀ ਦਾ ਨਾਮ? ਆਪਕਾ ਘਰ ਕਹਾਂ ਹੈ? ਗੋਲਡ ਚੌਂਕੜੀ ਗੁਜਰਾਤ। ਅੱਛਾ ਜੀ, ਪੁਲਿਸ ਵੀ ਬਾਤ ਹੋਈ ਹੈ, ਬੋਮ ਬੋਲ ਰਹੇ ਨੇ, ਹਮ ਕੁਛ ਪਤਾ ਨਹੀਂ ਹੈ। ਅੱਛਾ, ਤੁਸੀਂ ਗੁਜਰਾਤ ਦੀ ਪੁਲਿਸ ਨਾਲ ਵੀ ਗੱਲ ਕੀਤੀ? ਅੱਛਾ, ਤੋ ਗੁਜਰਾਤ ਚ ਕੋਈ ਕੰਟੈਕਟ ਨਹੀਂ ਲੱਭਿਆ? ਉਹਨਾਂ ਨੇ ਦੱਸਿਆ, ਕਹਿੰਦੇ ਨਹੀਂ, ਇਹ ਜਿੱਦਾਂ ਨਾ ਕਿ ਸੜਕਾਂ ਬਣਾਉਣ ਵਾਲੇ ਆ। ਅੱਛਾ, ਸੜਕਾਂ ਬਣਾਉਣ ਵਾਲੇ, ਠੀਕ ਹੈ। ਇਹ ਕਦੀ ਕਹਿੰਦੇ ਮੇਰੇ ਪਤੀ ਦੀ ਡੈਥ ਹੋ ਗਈ ਆ, ਕਦੀ ਕਹਿੰਦੀ ਆ ਕਿ ਉਹ ਹੈਗਾ, ਸੜਕਾਂ ਬਣਾਉਂਦੇ ਆ ਸਾਰੇ। ਚਲੋ, ਮੈਂ ਵੀਡੀਓ ਚ ਸੋਸ਼ਲ ਮੀਡੀਆ ਰਾਹੀਂ ਬੇਨਤੀ ਕਰਾਂਗਾ ਕਿ ਅਗਰ ਇਸ ਵੀਡੀਓ ਮਾਂ ਦੀ ਤੁਸੀਂ ਗੁਜਰਾਤ ਤੱਕ ਪਹੁੰਚਾ ਦਿੰਦੇ ਹੋ ਤਾਂ ਅਸੀਂ ਬੜੇ ਧੰਨਵਾਦੀ ਹੋਵਾਂਗੇ ਤੁਹਾਡੇ। ਕਿ ਚਲੋ, ਇੱਕ ਮਾਂ ਦਾ ਜੇ ਘਰ ਲੱਭਦਾ ਤਾਂ ਕੋਈ ਘਾਟੇ ਦਾ ਸੌਦਾ ਨਹੀਂ, ਬਹੁਤ ਫਾਇਦੇ ਦਾ ਸੌਦਾ।
ਤੇ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਿਓ, ਇੱਥੇ ਆਇਓ, ਬੈਠਿਓ, ਦੇਖਿਓ। ਬਹੁਤ ਬਹੁਤ ਧੰਨਵਾਦ ਜੀ। ਬੈਠੋ ਦੀਦੀ, ਮੈਂ ਕਰਾਉਣਾ ਜੀ।